ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਰਜੀਵ ਕੁਮਾਰ ਗਲੋਬਲ ਮਟੀਰੀਅਲ ਚੈਨਲ ਤੋਂ। ਅੱਜ ਤੁਹਾਡੀ 12ਵੀਂ ਕਲਾਸ ਆ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣਾ ਚੈਨਲ ਕਿੱਦਾਂ ਸਬਸਕ੍ਰਾਈਬ ਕਰਨਾ ਆ ਉਹ ਦੱਸਦਾ। ਯੂਟਿਊਬ 'ਤੇ ਜਾ ਕੇ ਗਲੋਬਲ ਮਟੀਰੀਅਲਸ ਟਾਈਪ ਕਰ ਲੈਣਾ ਆ। ਸਰਚ ਕਰਕੇ, ਸਰਚ ਕਰਨ ਤੋਂ ਬਾਅਦ ਮੇਰੀ ਫੋਟੋ 'ਤੇ ਗਲੋਬਲ ਮਟੀਰੀਅਲ ਲਿਖ ਕੇ ਆ ਜਾਣਾ। ਇਹਨੂੰ ਸਿਲੈਕਟ ਕਰਕੇ ਤੁਸੀਂ ਰੈੱਡ ਬਟਨ ਦੱਬ ਦੇਣਾ। ਰੈੱਡ ਬਟਨ ਮੈਂ ਪਹਿਲੀ ਦੱਬਦਾ ਸੀ, ਆ ਲਓ ਦੱਬਦਾ। ਫੇ ਆ ਬੈੱਲ ਆਈਕਨ, ਜਿਹੜੇ ਘੰਟੀ ਵਾਲਾ ਆਈਕਨ ਆ, ਇਹਨੂੰ ਜ਼ਰੂਰ ਦੱਬਣਾ ਆ। ਇਹਦੇ ਨਾਲ ਤੁਹਾਨੂੰ ਮੇਰੀ ਵੀਡੀਓ ਆਉਣ ਵਾਲੀ ਜਿਹੜੀ ਆ ਉਹਦਾ ਪਤਾ ਲੱਗ ਜਾਊ। ਹੁਣ ਵੀਡੀਓ ਸ਼ੁਰੂ ਕਰਦੇ ਹਾਂ। ਹਾਂਜੀ, ਆ ਸਾਡੀ ਆ ਉਹਨੂੰ ਜਿਹੜਾ ਸਾਡੇ ਇਟਾਲੀਅਨ ਸਕੂਲ ਦੇ ਵਿੱਚ ਬੋਲੀ ਸਿਖਾਉਂਦੇ ਆ, ਉਹਦੀ ਆ ਉਹਨਾਂ ਦੀ ਬੁੱਕ ਆ। ਆ ਉਹਨਾਂ ਦੀ ਬੁੱਕ ਦੇ ਵਿੱਚੋਂ ਦੂਸਰੇ ਲੈਸਨ ਦਾ 15ਵਾਂ ਚੈਪਟਰ ਆ, 15ਵਾਂ ਪੇਜ ਆ, ਅਤੇ ਦੂਸਰਾ ਲੈਸਨ ਜਾਂ ਚੈਪਟਰ ਤੁਸੀਂ ਕਹਿ ਸਕਦੇ ਹਾਂ। ਚਲੋ, ਹੁਣ ਅਸੀਂ ਆ ਪਹਿਲਾ ਜਿਹੜਾ ਪੈਰਾਗ੍ਰਾਫ ਆ ਇਹਨੂੰ ਇਹਤੋਂ ਸਟਾਰਟਿੰਗ ਕਰਦੇ ਹਾਂ। ਆ ਵਾਲਾ ਇਹਤੋਂ ਸਟਾਰਟਿੰਗ ਕਰਦੇ ਹਾਂ। ਹਾਂਜੀ, ਇਹ ਲੈਸਨ ਦਾ ਨਾਂ ਆ ਕੌਮੀਸਤਾਈ। ਹਾਂਜੀ, ਕੌਮੀਸਤਾਈ। ਹੁਣ ਇਹਦੇ ਵਿੱਚ ਦੋ ਬੰਦੇ ਗੱਲ ਕਰਦੇ ਆ, ਅਤੇ ਇੱਕ ਆ ਜਨਾਨੀ ਆ, ਅਤੇ ਇੱਕ ਆ ਬੰਦਾ। ਠੀਕ ਹੈ ਜੀ, ਤਾਂ ਇਹ ਵੱਖਰੀ ਵੱਖਰੀ ਕੰਟਰੀ ਤੋਂ ਆ, ਇਹਨਾਂ ਨੇ ਕਿੱਦਾਂ ਗੱਲਬਾਤ ਕਰਨੀ ਆ, ਅਤੇ ਇਹਦੇ ਨਾਲ ਹੀ ਸਾਨੂੰ ਅਸੀਂ ਆਪਣੀ ਗੱਲਬਾਤ ਕਰਨ ਦਾ ਢੰਗ, ਕਿੱਦਾਂ ਬੰਦੇ ਜਨਾਨੀ ਨੂੰ ਕਿੱਦਾਂ ਕਿੱਦਾਂ ਕਹਿਣਾ ਆ, ਅਤੇ ਕਿੱਦਾਂ ਕਿੱਦਾਂ ਗੱਲ ਕਰਨੀ ਆ, ਉਹ ਅਸੀਂ ਸਿੱਖਾਂਗੇ। ਠੀਕ ਹੈ ਜੀ, ਹੁਣ ਲੈਸਨ ਦਾ ਨਾਂ ਤਾਂ ਤੁਹਾਨੂੰ ਦੱਸ ਚੁੱਕਿਆ ਮੈਂ, ਕੌਮੀਸਤਾਈ ਆ, ਕੌਮੀਸਤਾਈ। ਅਤੇ ਲਾਮਿਨ ਕੌਣ ਆ? ਜਿਹੜਾ ਬੰਦਾ ਆ ਅਫਰੀਕਨ ਆ ਜਿਹੜਾ ਬੰਦਾ, ਅਤੇ ਉਹ ਕਹਿੰਦਾ ਚਾਓ ਕੌਮੀਸਤਾਈ, ਚਾਓ ਕਹਿੰਦਾ ਕਿੱਦਾਂ ਹਾਲ ਹੈ ਤੇਰਾ। ਅਤੇ ਇਰੀਨਾ ਆ, ਇਰੀਨਾ। ਹੁਣ ਸਾਨੂੰ ਇਰੀਨਾ ਦਾ ਕਿੱਦਾਂ ਪਤਾ ਲੱਗਿਆ ਕਿ ਉਹ ਜਨਾਨੀ ਆ? ਇਰੀਨਾ ਜਿਹੜੀ ਹੈ ਇੱਕ ਜਨਾਨੀ ਆ, ਜਾਂ ਤੁਹਾਨੂੰ ਮੈਂ ਪਹਿਲਾਂ ਵੀ ਪਿਛਲੀਆਂ ਵੀਡੀਓ 'ਚ ਦੱਸਿਆ ਆ, ਜਿਹਦੇ ਨਾਂ ਦੇ ਨਾਲ ਇਟਾਲੀਅਨ ਨਾਂ ਦੇ ਨਾਂ ਦੇ ਪਿੱਛੇ ਏ ਲੱਗ ਜਾਵੇ ਤਾਂ ਉਹ ਜਨਾਨੀ ਦਾ ਨਾਂ ਹੁੰਦਾ। ਅਤੇ ਇਰੀਨਾ ਕਹਿੰਦੀ ਆ ਸਤੋ ਬੈਨੇ, ਮਤਲਬ ਮੈਂ ਠੀਕ ਹਾਂ, ਗ੍ਰਾਸੀਏ, ਥੈਂਕ ਯੂ, ਧੰਨਵਾਦ ਤੇਰਾ। ਇਹ ਤੂੰ ਕਹਿੰਦੀ ਤੇ ਤੂੰ ਜਾਂ ਤੇਰਾ ਕਿੱਦਾਂ ਹਾਲ ਆ? ਅਤੇ ਲਾਮਿਨ ਕਹਿੰਦਾ, ਲਾਮਿਨ ਅਬਾਸਤਾਨਸਾ। ਆ ਜਿਹੜਾ ਅਬਾਸਤਾਨਸਾ ਆ ਇਹਦੇ ਵਿੱਚ ਡਬਲ ਬੀ ਆਈ ਆ, ਅਤੇ ਇਹਨੂੰ ਅਸੀਂ ਅਬਾਸਤਾਨਸਾ ਦਾ ਮਤਲਬ ਹੁੰਦਾ ਆ ਠੀਕ ਆ, ਮੈਂ ਠੀਕ ਹਾਂ, ਅਬਾਸਤਾਨਸਾ ਬੈਨੇ, ਅਬਾਸਤਾਨਸਾ ਬੈਨੇ, ਜਾਂ ਕਹਿ ਸਕਦੇ ਹਾਂ ਬਹੁਤ ਵਧੀਆ, ਬਹੁਤ ਵਧੀਆ, ਅਬਾਸਤਾਨਸਾ ਬੈਨੇ, ਬਹੁਤ ਜ਼ਿਆਦਾ ਵਧੀਆ। ਜੇ ਕਹਿਣਾ ਤਾਂ ਮੁੱਲ ਤੋਂ ਬਹਿਨੇ, ਬਹੁਤ ਜ਼ਿਆਦਾ ਵਧੀਆ ਕਹਿਣਾ ਤਾਂ ਮੁੱਲ ਤੋਂ ਬਹਿਨੇ, ਅਬਾਸਤਾਨਸਾ, ਮੈਂ ਠੀਕ ਠਾਕ, ਠੀਕ ਹਾਂ, ਮਤਲਬ ਮੈਂ ਠੀਕ ਹਾਂ। ਠੀਕ ਹੈ ਜੀ, ਅਬਾਸਤਾਨਸਾ ਦਾ ਮਤਲਬ ਹੁੰਦਾ ਆ ਇਹ ਨਾ ਜ਼ਿਆਦਾ ਠੀਕ, ਨਾ ਜ਼ਿਆਦਾ ਮਾੜਾ। ਠੀਕ ਹੈ ਜੀ, ਦੋਵੇਂ ਲਿਆਂਗ, ਉਹ ਕਹਿੰਦੀ ਲਿਆਂਗ ਕਿੱਥੇ ਆ, ਕਿਉਂਕਿ ਪਿਛਲੇ ਚੈਪਟਰ ਦੇ ਵਿੱਚ ਇਹਨਾਂ ਤਿੰਨਾਂ ਦੀ ਗੱਲ ਹੋਈ ਸੀਗੀ। ਆਹ ਜਿਹੜੇ ਦੋ ਬੰਦੇ ਆ ਇਹਦੇ ਵਿੱਚ ਤੀਸਰਾ ਬੰਦਾ ਵੀ ਸੀਗਾ, ਸ਼ਾਇਦ ਉਹ ਚਾਈਨੀਜ਼ ਸੀਗਾ, ਜੇ ਮੈਂ ਨਹੀਂ ਰੋਂਗ ਹੈਗਾ ਤਾਂ, ਗਲਤ ਨਹੀਂ ਹੈਗਾ, ਉਹ ਚਾਈਨੀਜ਼ ਸੀਗਾ। ਉਹ ਕਹਿੰਦੀ ਲਿਆਂਗ ਕਿੱਥੇ ਆ, ਕਿਉਂਕਿ ਇਹ ਪਹਿਲਾਂ ਵੀ ਮਿਲ ਚੁੱਕੇ ਆ ਇੱਕ ਦੂਸਰੇ ਨੂੰ। ਠੀਕ ਹੈ ਜੀ, ਉਹ ਕਹਿੰਦੀ ਲਿਆਂਗ ਕਿੱਥੇ ਆ, ਆਪਣੇ ਸੋਰੀ ਬੰਦਾ ਕਹਿੰਦਾ ਲਿਆਂਗ ਕਿੱਥੇ ਆ। ਇਰੀਨਾ ਕਹਿੰਦੀ ਐ ਆ ਕਾਸਾ, ਉਹ ਕਹਿੰਦੀ ਲਿਆਂਗ, ਹੁਣ ਲਿਆਂਗ ਦੇ ਬਾਰੇ ਉਹਨੇ ਪਹਿਲੀ ਗੱਲ ਕੀਤੀ, ਉਹ ਕਹਿੰਦੀ ਐ ਆ ਕਾਸਾ, ਲਿਆਂਗ ਘਰ ਦੇ ਵਿੱਚ, ਆ ਕਾਸਾ ਹੁੰਦਾ ਘਰ। ਲਾਮਿਨ ਕਹਿੰਦਾ ਕੌਮੀਸਤਾ। ਹੁਣ ਇੱਥੋਂ ਹੀ ਹੁਣ ਤੁਸੀਂ ਕਹਿਣਾ ਵੀ ਉਹਨੇ ਪੁੱਛਿਆ ਕਿੱਦਾਂ ਹਾਲ ਆ। ਆ ਜਿਹੜਾ ਸਤਾਈ ਆ ਇਹ ਦੂਸਰੇ ਬੰਦੇ ਲਈ, ਉਹਨੇ ਸਾਹਮਣੇ ਵਾਲੇ ਬੰਦੇ ਲਈ ਵਰਤਿਆ, ਜਿਹੜੇ ਸਤਾ ਆ ਜਾਣਾ ਇਹ ਤੀਸਰੇ ਬੰਦੇ ਲਈ ਆ ਜਿਹੜਾ ਕਿ ਉਹਨਾਂ ਦੇ ਸਾਹਮਣੇ ਨਹੀਂ ਆ, ਜਾਣੀ ਕਿ ਕਿਸੇ ਹੋਰ ਬਾਰੇ ਹੋਰ ਦਾ ਹਾਲ ਚਾਲ ਪੁੱਛ ਰਿਹਾ ਆ। ਕੌਮੀਸਤਾ, ਕੌਮੀਸਤੋ ਹੁੰਦਾ ਆ ਮੈਂ ਕਿੱਦਾਂ ਆ, ਕੌਮੀਸਤਾਈ ਹੁੰਦਾ ਆ ਤੂੰ ਕਿੱਦਾਂ ਆ, ਕੌਮੀਸਤਾ ਹੁੰਦਾ ਆ ਜਿਹੜਾ ਆਹ ਕੌਮੀਸਤਾ ਆ ਉਹ ਤੀਸਰੇ ਬੰਦੇ ਲਈ ਆ, ਜਾਣੀ ਕਿ ਉਹਨੇ ਲਾਮਿਨ ਬਾਰੇ ਪੁੱਛਿਆ ਆ, ਇਹ ਸੋਰੀ ਲਿਆਂਗ ਬਾਰੇ ਪੁੱਛਿਆ, ਜਿਹੜਾ ਘਰ ਆ। ਉਹ ਕਹਿੰਦੀ ਆਕਾਸ ਆ, ਉਹ ਕਹਿੰਦਾ ਕੌਮੀਸਤਾ, ਲਾਮਿਨ ਕਹਿੰਦਾ। ਰੀਨਾ ਕਹਿੰਦੀ ਔਜੀ ਨੋਨ ਸਤਾ ਬੈਨੇ, ਰੀਨਾ ਕਹਿੰਦੀ ਉਹ ਅੱਜ ਠੀਕ ਨਹੀਂ ਆ, ਔਜੀ ਹੁੰਦਾ ਅੱਜ,
नोन हुंदा नहीं, स्टा हुंदा स्टेइंग जां होना, जाने कि ए बंदे ले सिर्फ स्टा बात है ना, नोन स्टा होना बैने बैने हुंदा ठीक। फिर लामी कहंदा मी मैनू हुंदा या दिस प्याचे हुंदा या ए मैनू अफसोस या। सलू तालो वो कहंदा या भी मेरे वालों उन्हूं हैलो कह दें, ठीक है जी। वो कहंदा मेरे वालों उन्हूं हैलो कह दें, यानी कि कुछ भी कह दें, बंजोर नूं अपने बंजोर नूं बोना सेरा बोन पोमरी जो कुछ भी कह दें, जां मेरे वालों उन्हूं बेस्ट विशेस दे दें भी वह जल्दी ठीक हो जाए। सलू तालो का मतलब हुंदा या भी उन्हूं बुलाना जां हैलो करनी भी उहदा सुनेहा पहुँचा दूंगी। हुण इरीना कहंदी थैंक यू ग्रासीए। ची हुंदा विल जिदा विल होवांगे गागे की जिहड़े सेंटेंस बणदे आ ची उत्थे लगदा, ची हुंदा आ गागे की जिथे लगना विल। ची विद्यामो दुमानी वो कहंदी कल मिलांगे। हुण ची विद्यामो क्यों लाया, क्योंकि वो कल दे विच चल जाना, जिथे ची लग गया वो जिहड़ा आउण वाला कल आ उदों लाया ना, गागे की जिथे मिलांगे आवांगे जावांगे। जे इत्थे कल्ला विद्यामो हुंदा आ तामी वह भी गा गई जाना, पर जे असी ची ला दीए फिर सेंटेंस पूरा बन जाता तो वधिया लगता। तो जे आप वेदो कह लिख देंगे इतने कला वेदो हुंदा तां उहदा मतलब होना सी उन्हें अज ही देखना आ। हुण विद्यामो ची विद्यामो हो गया वह कल देखांगे, यानी कि कल तो गल चल गई नाल कल लिखा भी आ, ठीक है जी। यानी कि मेरे कहण का मतलब समझाउंदा मतलब यही आ कि ची विद्यामो का मतलब आ कल मिलांगे। कभी भी किसी नूं कहना आ भी मिलांगे तो वह इदा ही आह ही सेंटेंस जिदा जो कल मिलांगे है ना कहना आ, तो आह सेंटेंस बोलना ची विद्यामो जो पता हो भी मिलना आ, ठीक है जी। तो ची विद्यामो ही कहना आ। लामिन कहंदा चाओ आदुमानी कल नूं, कहंदा लामिन कहंदा चाओ बाय बाय आदुमानी कल मिलते हैं। आदमानी सीधे कहता जिदा आदमानी का मतलब हो जाता कल मिलते हैं ज कल आ कुछ भी करते हैं आदमानी कल, ठीक है जी। उस तो बाद अगला पैरा आ गया, ये साढ़े थोड़े जो दस्यो असी कि करने प्रैक्टिस उन्होंने बुक वाले ने दिता इन थोड़ा जहा कट दें चलो। हुण तू कौमें सताई, हुण आह जिहड़े सवाल आ ये जनानी ने पूछे आ, क्योंकि बंदे ने आवले बंदे ने पहला कोई सवाल नहीं, सारे सवाल बंदे ने पूछे थे, तो जनानी ने कोई सवाल नहीं पूछे, आवली ने जनानी ने कोई सवाल नहीं पूछा। हुण एदे विच जनानी ने सारे सवाल पूछे हुआ, जनानी ने सारे सवाल पूछे हुआ, ठीक है जी। हुण वो सवाल पहला है उहदा की सवाल है उहदा पहला, कहिंदी तू कौमें सताई तेरा की हाल आ। हुण देखो तू कौमें सताई, हुण मैं तुहानूं समझाया सी ना पहला कि जदों सामने वाले बंदे की गल करनी आ उदों तू कौमें सताई ही आना, उदों सताई आना यानी कि उहनूं सताई सामने वाले बंदे की गल करनी, जदों सताई कहना आ सता जिहड़ा नहीं हैगा तुहाडे सामने उहदी गल करनी आ, ठीक है जी। तो हुण असीं अपनी प्रैक्टिस दे लई जवाब देना आ उहनूं। ईओ वो कहंदा लामिन कहंदा ईओ स्तो बैने, ईओ स्तो होने का मतलब की आंसर की बनना बैने कौमें स्ताल दियांग। हुण तेने तीसरे बंदे की गल की आ कहंदी कौमें स्ताल लियांग, लियांग का की हाल आ। तो ए वाले आंसर क्वेश्चन वो अपने आप के बुक वाले करवा लग पे आ,
ਸਾਡੀ ਪ੍ਰੈਕਟਿਸ ਦੇ ਲਈ ਕੋਮਿਸਤਾ ਲਿਆਂਗ, ਜਿਹੜਾ ਉਹਨੇ ਸਵਾਲ ਪੁੱਛਿਆ ਸੀਗਾ ਲਾਮਿਨ ਨੇ, ਆ ਅਫਰੀਕਨ ਨੇ, ਗਾਨੇ ਨੇ, ਠੀਕ ਹੈ ਜੀ। ਅਤੇ ਉਹ ਕਹਿੰਦੀ ਆ, ਫਿਰ ਉਹਨੇ ਜਵਾਬ ਦਿੱਤਾ, ਜਨਾਨੀ ਨੇ ਜਵਾਬ ਆ, ਜਨਾਨੀ ਦਾ ਜਵਾਬ ਹੈ ਤੀਰ ਬਾਇਆ ਹੀ ਆ ਲਿਆਂਗ ਸਤਾ ਇਹਦਾ। ਹੁਣ ਆਂਸਰ ਕੀ ਸੀਗਾ ਤੁਹਾਨੂੰ ਯਾਦ ਹੋਣਾ ਚਾਹੀਦਾ, ਆ ਦੇਖੋ ਇਹਦੇ ਵਿੱਚੋਂ ਲੱਭੋ। ਉਹਨੇ ਲਿਆਂਗ ਦਾ ਜਦੋਂ ਹਾਲ ਚਾਲ ਪੁੱਛਿਆ ਸੀ ਤਾਂ ਇਰੀਨਾ ਨੇ ਜਵਾਬ ਕੀ ਦਿੱਤਾ ਸੀਗਾ, ਉਹਨੇ ਜਵਾਬ ਦਿੱਤਾ ਸੀ ਆਦੇ, ਉਹ ਕਹਿੰਦਾ ਸੀ ਬਸਤਾਨ ਸਾਹਿਬ ਬੈਨੇ। ਫਿਰ ਉਹਨੇ ਪੁੱਛਿਆ ਸੀ ਦੋਵੇ ਲਿਆਂਗ ਏ ਆਕਾਸਾ, ਫਿਰ ਉਹਨੇ ਪੁੱਛਿਆ ਸੀ ਕੌਮੇ ਸਤਾ ਔਜੀ ਨੌਨ ਸਤਾ ਬੈਨੇ, ਇਹਦਾ ਆਂਸਰ ਇਹ ਆਉਣਾ ਆ ਇੱਥੇ ਔਜੀ ਨੌਨ ਸਤਾ ਬੈਨੇ, ਇੱਥੇ ਆ ਜਿਹੜਾ ਸਾਡਾ ਪੈਰਾ ਆ, ਠੀਕ ਹੈ ਜੀ। ਫਿਰ ਉਹ ਕਹਿੰਦੀ ਦੋਵੇ ਐ ਲਿਆਂਗ, ਫਿਰ ਉਹ ਕਹਿੰਦੀ ਉਹਨੇ ਜਾਣੀ ਕਿ ਅਫਰੀਕਨ ਨੇ ਪੁੱਛਿਆ ਆ ਵੀ ਲਿਆਂਗ ਕਿੱਥੇ ਆ, ਫਿਰ ਉਹੀ ਆਂਸਰ ਆ ਗਿਆ ਕਿਉਂਕਿ ਪਹਿਲਾਂ ਉਹਨੇ ਹਾਲ ਚਾਲ ਪੁੱਛਿਆ ਫਿਰ ਉਹਨੇ ਪੁੱਛ ਲਿਆ, ਉਲਟਾ ਪੁਲਟਾ ਕਰ ਦਿੱਤਾ ਇਹਦੇ ਵਿੱਚ ਵੀ ਸਾਨੂੰ ਪਤਾ ਲੱਗ ਜਾਵੇ ਬੁੱਕ ਵਾਲਿਆਂ ਨੇ। ਫਿਰ ਉਹ ਲਿਆਂਗ ਕਹਿੰਦਾ ਲਿਆਂਗ ਸੋਰੀ ਆਪਣੇ ਉਹ ਜੋ ਜਨਾਨੀ ਕਹਿੰਦੀ ਆ ਲਿਆਂਗ ਸਤਾਕਾਸਾ ਦੋਵੇ ਲਿਆਂਗ ਲਿਆਂਗ ਆਕਾਸਾ ਸਤਾ ਆ ਕਾਸਾ, ਇੱਥੇ ਇੱਦਾਂ ਆਉਣਾ, ਠੀਕ ਹੈ ਜੀ। ਲਿਆਂਗ ਇੱਥੇ ਆਉਣਾ ਸਤਾ, ਇੱਥੇ ਆ ਪਹਿਲੇ ਲਿਖਿਆ ਕਾਸਾ, ਲਿਆਂਗ ਸਤਾ ਆ ਕਾਸਾ, ਲਿਆਂਗ ਘਰ ਦੇ ਵਿੱਚ ਹੈ, ਘਰ ਹੈ, ਪੰਜਾਬ, ਠੀਕ ਹੈ ਜੀ। ਇੱਥੇ ਤੱਕ ਸਮਝ ਲੱਗ ਗਈ, ਹੁਣ ਅਗਲਾ ਪੈਰਾ ਆ ਗਿਆ। ਹੁਣ ਇਹ ਵੀ ਸਾਡੀ ਪ੍ਰੈਕਟਿਸ ਦੇ ਲਈ ਹੀ ਉਹਨਾਂ ਨੇ ਸਾਨੂੰ ਦੱਸਿਆ ਆ। ਹੁਣ ਇਹਦੇ ਵਿੱਚ ਫਿਰ ਇਹਨੂੰ ਥੋੜ੍ਹਾ ਜਿਹਾ ਕੱਟ ਲਈਏ, ਉੱਦਾਂ ਤਾਂ ਵੈਸੇ ਦੀਦਾ ਤਾਂ ਹੈ ਨਹੀਂ, ਉਹ ਫਲੈਸ਼ ਪਈ ਉਹ ਆ ਫੋਨ ਦੀ ਉਹਦੇ ਕਰਕੇ। ਚਲੋ ਹੁਣ ਪ੍ਰੈਕਟਿਸ ਸ਼ੁਰੂ ਕਰਦੇ ਹਾਂ। ਹੁਣ ਕੌਮੇ ਸਤਾ ਲਾਮਿਨ, ਉਹਨਾਂ ਨੇ ਪੁੱਛਿਆ ਆ ਲਾਮਿਨ ਦਾ, ਲਾਮਿਨ ਕੀ ਹਾਲ, ਲਾਮਿਨ ਦਾ ਕੀ ਹਾਲ ਹੈ। ਇਹ ਬੁੱਕ ਵਾਲਿਆਂ ਨੇ ਤੁਹਾਨੂੰ ਕੁਸ਼ਚਨ ਕੀਤੇ ਹੋਊਗਾ, ਨਾ ਕਿ ਕਿਸੇ ਹੋਰ ਨੇ ਕੀਤੇ, ਬੁੱਕ ਵਾਲਿਆਂ ਨੇ ਕੁਸ਼ਚਨ ਕੀਤੇ ਹੋਊਗਾ। ਹੁਣ ਦੇਖੋ ਹੁਣ ਅਸੀਂ ਇਹ ਸਮਝਣਾ ਆ ਵੀ ਹਾਂ ਉਹਨੇ ਲਾਮਿਨ ਨੇ ਜਦੋਂ ਪੁੱਛਿਆ ਸੀਗਾ, ਉਹਨੇ ਸੋਰੀ ਗਾਨੇ ਨੇ ਪੁੱਛਿਆ ਸੀਗਾ, ਇਰੀਨਾ ਨੇ ਪੁੱਛਿਆ ਸੀ ਵੀ ਲਾਮਿਨ ਕਿੱਦਾਂ ਆ, ਆਂਦੇ ਲਾਮਿਨ ਨੇ ਉਹਨੂੰ ਪੁੱਛਿਆ ਸੀ ਪਹਿਲਾਂ ਕੌਮਿਸਤਾ ਇਰੀਨਾ ਨੂੰ, ਇਰੀਨਾ ਨੇ ਜਵਾਬ ਦਿੱਤਾ ਸੀ ਕਿੱਦਾਂ ਹਾਲ, ਫਿਰ ਉਹਨੇ ਪੁੱਛਿਆ ਸੀ ਇਹ ਤੂੰ, ਆ ਦੇਖੋ ਇਹ ਤੂੰ ਅਤੇ ਤੇਰਾ ਕੀ ਹਾਲ ਹੈ। ਫਿਰ ਲਾਮਿਨ ਨੇ ਜਵਾਬ ਦਿੱਤਾ ਸੀ ਅਬਾਸਤਾਨ ਸਾਹਿਬ ਬੈਨੇ, ਹੁਣ ਇੱਥੇ ਇਹਦਾ ਜਵਾਬ ਕੀ ਆਊਗਾ ਅਬਾਸਤਾਨ ਸਾਹਿਬ ਬੈਨੇ। ਇਹ ਬੁੱਕ ਵਾਲਿਆਂ ਦਾ ਆਂਸਰ ਅਸੀਂ ਦੇ ਦਿੱਤਾ ਵੀ ਉਹਨੇ ਜਵਾਬ ਦਿੱਤਾ ਸੀ ਅਬਾਸਤਾਨ ਸਾਹਿਬ ਬੈਨੇ, ਠੀਕ ਹੈ ਜੀ। ਫਿਰ ਕੌਮਿਸਤਾ ਇਰੀਨਾ, ਬੁੱਕ ਵਾਲੇ ਕਹਿੰਦੇ ਇਰੀਨਾ ਦਾ ਕੀ ਹਾਲ ਸੀਗਾ, ਇਰੀਨਾ ਨੇ ਕੀ ਜਵਾਬ ਦਿੱਤਾ ਸੀ ਸਤੋ ਬੈਨੇ। ਹੁਣ ਇੱਥੇ ਤੁਸੀਂ ਕੀ ਲਿਖੋਗੇ, ਤੁਹਾਡਾ ਟੈਸਟ ਆ ਸਤੋ ਬੈਨੇ, ਸਤੋ ਬੈਨੇ ਉਹਨੇ ਕਿਹਾ ਸੀ ਨਾ, ਹੁਣ ਕੌਮਿਸਤਾ ਇਰੀਨਾ, ਹੁਣ ਇੱਥੇ ਸਤੋ ਬੈਨੇ ਤਾਂ ਲਿਖਣਾ ਨਹੀਂ ਹੈਗਾ ਕਿਉਂਕਿ ਇਰੀਨਾ ਨੇ ਉਦੋਂ ਆਪਣੀ ਗੱਲ ਕੀਤੀ ਸੀ। ਹੁਣ ਬੁੱਕ ਵਾਲਿਆਂ ਨੇ ਜਵਾਬ ਪੁੱਛਿਆ ਆ ਸਾਡੇ ਕੋਲੋਂ, ਕੁਸ਼ਚਨ ਪੁੱਛਿਆ ਆ, ਜਵਾਬ ਮੰਗਿਆ ਆ ਵੀ ਹਾਂ ਵੀ ਇਰੀਨਾ ਦਾ ਕੀ ਹਾਲ ਆ। ਹੁਣ ਇੱਥੇ ਅਸੀਂ ਇੱਦਾਂ ਥੋੜ੍ਹੋ ਲਿਖਣਾ ਸਤੋ ਬੈਨੇ, ਸਤੋ ਬੈਨੇ ਤਾਂ ਅਸੀਂ ਆਪਣੀ ਗੱਲ ਕਰ ਲਈ, ਉਹਦੇ ਵਿੱਚ ਇਰੀਨਾ ਦੀ ਗੱਲ ਕਰਨੀ ਆ, ਅਸੀਂ ਇਰੀਨਾ ਦੀ ਗੱਲ ਕਰਨੀ ਹੈ, ਜਾਣੀ ਕਿ ਅਸੀਂ ਦੂਸਰੇ ਬੰਦੇ ਦੀ, ਸਾਹਮਣੇ ਵਾਲੇ ਬੰਦੇ ਦੀ ਗੱਲ ਕਰਨੀ ਹੈ, ਤਾਂ ਕੀ ਆਊਗਾ ਸਤਾ ਬੈਨੇ, ਜਿੱਦਾਂ ਉਹਨਾਂ ਨੇ ਪੁੱਛਿਆ ਹੀ ਆ। ਇਹਦੇ ਵਿੱਚੋਂ ਅਸੀਂ ਚੋਰੀ ਵੀ ਕਰ ਸਕਦੇ ਹਾਂ, ਸਤਾ ਬੈਨੇ ਇਰੀਨਾ, ਪਹਿਲਾਂ ਅਸੀਂ ਲਿਖ ਦੇਣਾ ਇਰੀਨਾ, ਫਿਰ ਸਤਾ, ਫਿਰ ਆਹ ਵਾਲਾ ਉੱਪਰ ਵਾਲਾ ਬੈਨੇ ਆਹ ਵਾਲਾ, ਠੀਕ ਹੈ ਜੀ, ਬੈਨੇ ਆਹ ਵਾਲਾ ਬੈਨੇ, ਠੀਕ ਹੈ ਜੀ। ਇੱਥੇ ਤੱਕ ਲੱਗ ਗਈ ਸਮਝ। ਫਿਰ ਦੋਵੇ ਐ ਲਿਆਂਗ, ਉਹ ਕਹਿੰਦੀ ਬੁੱਕ ਵਾਲੇ ਕਹਿੰਦੇ ਵੀ ਲਿਆਂਗ ਕਿੱਥੇ ਆ। ਹੁਣ ਫਿਰ ਤੁਸੀਂ ਦਿਮਾਗ ਲੜਾਓ, ਲਿਆਂਗ ਉਹਨੇ ਜਦੋਂ ਗਾਨੇ ਨੇ ਪੁੱਛਿਆ ਸੀਗਾ ਰੀਨਾ ਨੂੰ ਵੀ ਲਿਆਂਗ ਕਿੱਥੇ ਆ, ਆ ਦੇਖੋ ਇਹ ਆਵੇ ਦੋਵੇ ਐ ਲਿਆਂਗ, ਰੀਨਾ ਨੇ ਕੀ ਜਵਾਬ ਦਿੱਤਾ ਸੀ ਐ ਆਕਾਸ ਆ,
ਹੁਣ ਇੱਥੇ ਜਵਾਬ ਕੀ ਆਊਗਾ, ਲੀਅੰਗ ਸਤਾ ਕਾਸਾ ਜਾਂ ਇੱਥੇ ਲੀਅੰਗ ਐ ਆ ਕਾਸਾ। ਠੀਕ ਹੈ ਜੀ। ਫਿਰ ਪਿਰਕੇ, ਪਿਰਕੇ ਲਿਖਿਆ, ਪਿਰਕੇ ਪਿਰਕੇ ਦਾ ਮਤਲਬ ਹੁੰਦਾ ਹੈ ਕਿਉਂ, ਪਿਰਕੇ ਦਾ ਮਤਲਬ ਹੁੰਦਾ ਕਿਉਂ। ਹੁਣ ਕਿਉਂ ਦਾ ਮਤਲਬ ਕਿਉਂ, ਉਹਦੇ ਵਿੱਚ ਕਿੱਥੇ ਲਾ ਸਕਦੇ ਹਾਂ ਅਸੀਂ, ਜਾਂ ਉਹ ਆਇਆ ਕਿਉਂ ਨਹੀਂ, ਜਾਂ ਉਹ ਦੂਜਾ ਇਹ ਘਰ ਕਾਹਤੇ ਆ, ਹੈਂ। ਤਾਂ ਪਿਰਕੇ ਇਹਦੇ ਵਿੱਚ ਅਸੀਂ ਕੋਈ ਵੀ ਸੈਂਟੈਂਸ ਬਣਾ ਸਕਦੇ, ਕਿਉਂ ਕਿਉਂ। ਹੁਣ ਜਿੱਦਾਂ ਉਹਨੇ ਪੁੱਛਿਆ ਸੀਗਾ ਵੀ ਉਹ ਆਇਆ ਕਿਉਂ ਨਹੀਂ, ਜਿੱਦਾਂ ਹੁਣ ਮੰਨ ਲਓ ਉਹਨੇ ਪੁੱਛ ਲਿਆ ਹੋਵੇ ਉਹ ਆਇਆ ਕਿਉਂ ਨਹੀਂ, ਅਤੇ ਅਸੀਂ ਉਹਦਾ ਜਵਾਬ ਬਣਾ ਸਕਦੇ ਹਾਂ ਇਹ ਆ ਵਾਲਾ, ਔਜੀ ਨੌਨਸਤਾ ਬੈਨੇ। ਅਤੇ ਇੱਥੇ ਅਸੀਂ ਜਵਾਬ ਬਣਾ ਸਕਦੇ ਹਾਂ ਔਜੀ ਨੌਨਸਤਾ ਬੈਨੇ। ਠੀਕ ਹੈ ਜੀ, ਇਹ ਸਾਡਾ ਸੈਂਟੈਂਸ ਪੂਰਾ ਹੋ ਗਿਆ। ਹੁਣ ਅੱਗੇ ਵੱਧਦੇ ਹਾਂ, ਲੇਜੀ ਲੇ ਵਰੋਲੇ ਉਹਨਾਂ ਲਿਖਿਆ ਆ, ਲੇਜੀ ਲੇਜੀ ਹੁੰਦਾ ਪੜ੍ਹੋ, ਲੇ ਲੇ ਹੁੰਦਾ ਆ ਉਹ ਵਾਲੇ, ਪਰੋਲੇ ਹੁੰਦਾ ਸ਼ਬਦ, ਪੋਈ ਹੁੰਦਾ ਬਾਅਦ ਵਿੱਚ, ਪਾਰਲਾ ਪਾਰਲਾ ਹੁੰਦਾ ਗੱਲ ਕਰਨੀ ਕਿਸੇ ਨਾਲ, ਕੁੰਨ ਕੁੰਨ ਈ ਕੁੰ ਕੁੰਨ ਕੁੰਨ ਉੱਨ ਕੰਪਾਨੀਓ, ਕੰਪਾਨੀਓ ਹੁੰਦਾ ਨਾਲ ਵਾਲਾ ਬੰਦਾ ਜਾਂ ਤੁਹਾਡੇ ਘਰ ਦਾ ਬੰਦਾ ਕੋਈ ਵੀ, ਅਤੇ ਕੌਮੇਸਤਾਈ ਉਹਨਾਂ ਨੂੰ ਪੁੱਛੋ ਉਹਦਾ ਕੀ ਹਾਲ ਆ ਜਾਂ ਉਹਦੀ ਫੈਮਿਲੀ ਦਾ ਕੀ ਹਾਲ, ਕੌਮੇਸਤਾ ਕੌਮੇਸਤਾ ਲਾ ਤੂਆ ਫੈਮੀਲੀਆ, ਜਾਂ ਉਹਦੀ ਉਹਦੀ ਫੈਮਿਲੀ ਬਾਰੇ ਪੁੱਛੋ, ਤੂਆ ਫੈਮੀਲੀਆ ਜਾਣੀ ਸਾਹਮਣੇ ਵਾਲੇ ਫੈਮਿਲੀ ਫੈਮਿਲੀ ਦੇ ਬਾਰੇ ਪੁੱਛੋ, ਆਪਣੇ ਨਾਲ ਵਾਲੇ ਦੀ ਫੈਮਿਲੀ ਬਾਰੇ ਪੁੱਛੋ। ਈ ਉਸ ਤੋਂ ਤੁਹਾਡੇ ਇੱਥੇ ਲਿਖਿਆ ਈ ਉਸ ਤੋਂ, ਹੁਣ ਅਸੀਂ ਜਵਾਬ ਦੇ ਸਕਦੇ ਹਾਂ ਈ ਉਸ ਤੋਂ, ਮੋਲ ਤੋਂ ਬੈਨੇ ਬਹੁਤ ਵਧੀਆ, ਜਾਂ ਬੇਨੀਸੀਮੋ ਕਹਿ ਸਕਦੇ ਹਾਂ, ਬੈਨੇ ਥੋੜ੍ਹਾ ਸਹੀ, ਫਿਰ ਅਸੀਂ ਕਹਿ ਸਕਦੇ ਹਾਂ ਅਬਸਤਾਂਸਾ ਬੈਨੇ, ਕੋਸੀ ਠੀਕ ਹੀ ਆ, ਜਾਂ ਅਬਸਤਾਂਸਾ ਬੈਨੇ ਹੁੰਦਾ ਬਹੁਤ ਵਧੀਆ, ਅਤੇ ਮਾਲੇ ਹੁੰਦਾ ਬਹੁਤ ਖਰਾਬ, ਬਈ ਸਹੀ ਨਹੀਂ ਹੈਗਾ, ਅਤੇ ਮੋਲ ਤੋਂ ਮਾਲੇ ਹੁੰਦਾ ਬਹੁਤ ਜ਼ਿਆਦਾ ਖਰਾਬ, ਮੈਂ ਠੀਕ ਨਹੀਂ ਹੈਗਾ ਭਾਈ, ਇੱਦਾਂ ਕਹਿ ਸਕਦੇ ਹਾਂ। ਅਤੇ ਉਹ ਜਵਾਬ ਕੀ ਦੇਣਾ, ਈਓਸ ਤੋਂ, ਈਓਸ ਤੋਂ ਲਾ ਕੇ ਫਿਰ ਕੋਜ਼ੀ ਮਾਲੇ ਕੁਛ ਵੀ, ਜਿੱਦਾਂ ਜਿੱਦਾਂ ਤੁਹਾਡੀ ਸਿਹਤ ਆ ਉੱਦਾਂ ਅਸੀਂ ਤੁਸੀਂ ਗੱਲ ਕਰ ਸਕਦੇ ਹਾਂ ਆਪਣੇ ਕਿਸੇ ਵੀ ਨਾਲ ਵਾਲੇ ਬੰਦੇ ਨਾਲ, ਅਤੇ ਉਹਦੀ ਫੈਮਿਲੀ ਬਾਰੇ ਵੀ ਪੁੱਛ ਸਕਦੇ ਹਾਂ, ਜਾਂ ਉਹਦੀ ਫੈਮਿਲੀ ਬਾਰੇ ਪੁੱਛਣਾ ਹੋਵੇ ਤਾਂ ਉੱਥੇ ਅਸੀਂ ਲਾਉਣਾ ਆ। ਜੇ ਆਪਾਂ ਕਹਿਣਾ ਹੋਵੇ ਤੇਰੀ ਮੰਮੀ ਦਾ ਕੀ ਹਾਲ ਆ, ਕੌਮੇ ਸਤਾ ਤੂ ਆ ਮਾਦਰੇ, ਤੇਰੀ ਮੰਮੀ, ਮਾਦਰੇ ਹੁੰਦਾ ਮੰਮੀ, ਸਤਾ ਅਸੀਂ ਤਾਰ ਲਾਉਣਾ ਕਿਉਂਕਿ ਅਸੀਂ ਤੀਸਰੇ ਬੰਦੇ ਦੀ ਗੱਲ ਕਰਨੀ ਆ ਜਿਹੜਾ ਸਾਹਮਣੇ ਨਹੀਂ ਆ। ਠੀਕ ਹੈ ਜੀ, ਹੁਣ ਇਹ ਸਾਡਾ ਕੰਪਲੀਟ ਹੋ ਗਿਆ 15ਵਾਂ ਪੇਜ, ਅਤੇ ਅਸੀਂ ਹੁਣ 16ਵਾਂ ਪੇਜ ਕਰਦੇ ਹਾਂ। ਹਾਂਜੀ, ਆਹ ਆ ਗਿਆ ਸਾਡਾ 16ਵਾਂ ਪੇਜ ਜੀ, 16ਵਾਂ ਪੇਜ, ਅਤੇ ਇਹ ਵੀ ਕੌਮੇ ਸਤਾਈ ਲੈਸਨ ਵਿੱਚੋਂ ਆ, ਅਤੇ ਇਹਦੇ ਵਿੱਚ ਇਹਦਾ ਪਹਿਲਾ ਪੈਰਾ ਆ, ਪਹਿਲਾ ਪੈਰਾ ਆ ਦਾ ਕੁਆਂਤੋ ਟੈਂਪੋ, ਦਾ ਫਰੋਮ ਹੁੰਦਾ ਆ, ਕੁਆਂਤੋ ਹੁੰਦਾ ਕਿੰਨਾ, ਟੈਂਪੋ ਹੁੰਦਾ ਆ ਟਾਈਮ, ਸੈਈ ਹੁੰਦਾ ਯੂ ਆਰ, ਇਨ ਹੁੰਦਾ ਆ ਵਿੱਚ, ਜਿੱਦਾਂ ਇੰਗਲਿਸ਼ 'ਚ ਇਨ ਹੁੰਦਾ ਆ, ਇਟਾਲੀਆ ਹੁੰਦਾ ਇਟਲੀ। ਠੀਕ ਹੈ ਜੀ, ਦਾ ਕੁਆਂਤੋ ਟੈਂਪੋ ਸਤਾਈ ਸੈਈ ਇਨ ਇਟਾਲੀਆ, ਕਹਿੰਦੇ ਵੀ ਕਿੰਨੇ ਟਾਈਮ ਤੋਂ ਇਟਲੀ ਦੇ ਵਿੱਚ ਆ। ਠੀਕ ਹੈ ਜੀ, ਤਾਂ ਉਹਨਾਂ ਨੇ ਇੱਕ ਦੂਸਰੇ ਨੂੰ ਸਵਾਲ ਪੁੱਛਿਓ ਅਤੇ ਆਪਣੇ ਬਾਰੇ ਦੱਸਿਆ ਆ ਇਹਨਾਂ ਦੋਨਾਂ ਨੇ, ਇਹਨਾਂ ਦੋਨਾਂ ਨੇ ਉਹੀ ਇਰੀਨਾ ਅਤੇ ਇਹਨਾਂ ਲਾਮਿਨ ਸੀਗਾ ਨਾਂ ਇਹਦਾ, ਇਰੀਨਾ ਅਤੇ ਲਾਮਿਨ ਨੇ। ਠੀਕ ਹੈ ਜੀ, ਅਤੇ ਉਹਨਾਂ ਦੇ ਸਵਾਲ ਜਵਾਬ ਦੇਖਦੇ ਹਾਂ ਅਤੇ ਇਹਨਾਂ 'ਚੋਂ ਸਿੱਖਦੇ ਹਾਂ ਅਸੀਂ ਕੁਛ। ਹੁਣ ਇਰੀਨਾ ਕਹਿੰਦੀ ਆ ਲਾਮਿਨ, ਲਾਮਿਨ ਨੂੰ ਕਹਿੰਦੀ ਆ ਦਾ ਫਰੋਮ ਕੁਆਂਤੋ ਕਿੰਨਾ ਟੈਂਪੋ ਟਾਈਮ ਸੈ ਯੂ ਆਰ ਇਨ ਇਟਾਲੀਆ, ਲਾਮਿਨ ਕਹਿੰਦਾ ਸੋਨੋ, ਸੋਨੋ ਹੁੰਦਾ ਆਈ ਐਮ ਜਾਂ ਮੈਂ,
ਪੰਜਾਬੀ 'ਚ ਇਨ ਇਤਾਲੀਆ ਇਟਲੀ ਵਿੱਚ ਦਾ ਫਰੋਮ ਸੈਈ ਮੇਸੀ ਸੈਈ ਹੁੰਦਾ ਆ ਛੇ ਤੁਹਾਨੂੰ ਪਤਾ ਹੀ ਆ ਮੇਸੀ ਹੁੰਦਾ ਆ ਮਹੀਨੇ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਸਾਰਾ ਹੀ ਅਤੇ ਉਹ ਕਹਿੰਦਾ ਇਹ ਤੂੰ ਜਿੱਦਾਂ ਹੁਣ ਇੰਗਲਿਸ਼ 'ਚ ਅਸੀਂ ਕਹਿ ਦਿੰਦੇ ਹਾਂ ਐਂਡ ਯੂ ਰੀਨਾ ਕਹਿੰਦੀ ਆ ਆਂਕੇ ਆਂਕੇ ਹੁੰਦਾ ਐਂ ਅਤੇ ਐਂਡ ਜਿਹਨੂੰ ਕਹਿੰਦੇ ਇੰਗਲਿਸ਼ 'ਚ ਅਤੇ ਅਤੇ ਮੈਂ ਵੀ ਆਂਕੇ ਈਓ ਸੋਨੋ ਕੁਈ ਦਾ ਸੇਈ ਮੇਸੀ ਉਹ ਕਹਿੰਦੀ ਮੈਂ ਵੀ ਆਂਕੇ ਈਓ ਮੈਂ ਸੋਨੋ ਆਈ ਐੱਮ ਕੁਈ ਹੁੰਦਾ ਹੈ ਇੱਥੇ ਕੁਈ ਹੁੰਦਾ ਹੈ ਇੱਥੇ ਦਾ ਫਰੋਮ ਸੈਈ ਹੁੰਦਾ ਹੈ ਛੇ ਮੇਸੀ ਹੁੰਦਾ ਹੈ ਮਹੀਨੇ ਮੈਂ ਵੀ ਕਹਿੰਦੀ ਛੇ ਮਹੀਨਿਆਂ ਤੋਂ ਇੱਥੇ ਹਾਂ ਫਿਲਾਮੀਨ ਕਹਿੰਦਾ ਕੁੰਨ ਨਾਲ ਕੁੰਨ ਹੁੰਦਾ ਨਾਲ ਕੀ ਹੁੰਦਾ ਆ ਕੀ ਕੌਣ ਕਿਹਦੇ ਨਾਲ ਕੌਣ ਕੀ ਵਿਦ ਹੂਮ ਜਿੱਦਾਂ ਅਸੀਂ ਕਹਿ ਦਿੰਦੇ ਇੰਗਲਿਸ਼ ਦੇ ਵਿੱਚ ਕਿਹਦੇ ਨਾਲ ਸੈਈ ਹੁੰਦਾ ਯੂ ਯੂ ਆਰ ਜੇ ਤੁਹਾਨੂੰ ਦੱਸਿਆ ਹੀ ਆ ਯੂ ਆਰ ਇਨ ਇਟਾਲੀਆ ਉਹ ਕਹਿੰਦੀ ਉਹ ਕਹਿੰਦਾ ਲਾਮੀਨ ਕਹਿੰਦਾ ਕਿਹਦੇ ਨਾਲ ਇੱਥੇ ਇਟਲੀ ਦੇ ਵਿੱਚ ਰਹਿੰਦੀ ਹਾਂ ਅਤੇ ਰੀਨਾ ਕਹਿੰਦੀ ਆ ਰੀਨਾ ਸੋਨੋ ਸੋਨੋ ਆਈ ਐੱਮ ਕੁਈ ਇੱਥੇ ਕੁੰਨ ਨਾਲ ਉਨ ਅਮੀਕਾ ਉਹ ਕਹਿੰਦੀ ਅਮੀਕਾ ਹੁੰਦਾ ਫਰੈਂਡ ਉਹ ਕਹਿੰਦੀ ਮੈਂ ਆਪਣੀ ਇੱਥੇ ਕਿਸੇ ਫਰੈਂਡ ਨਾਲ ਆ ਠੀਕ ਹੈ ਜੀ ਲਾਮਿਨ ਕਹਿੰਦਾ ਲਾਮਿਨ ਦੋਵੇ ਦੋਵੇ ਲਾ ਲਾ ਹੁੰਦਾ ਉਹ ਵਾਲੀ ਜਾਂ ਦੈਟ ਵੇਅਰ ਇਜ਼ ਦੈਟ ਵੇਅਰ ਇਜ਼ ਦੈਟ ਯੂਅਰ ਫਰੈਂਡ ਜਿੱਦਾਂ ਇੰਗਲਿਸ਼ 'ਚ ਕਹਿ ਦਿੰਦੇ ਹਾਂ ਲਾ ਤੂਆ ਯੂਅਰ ਤੂਆ ਹੁੰਦਾ ਆ ਤੁਹਾਡਾ ਜਾਂ ਯੂਅਰ ਇੰਗਲਿਸ਼ 'ਚ ਕਹਿ ਲਓ ਫਮੀਲੀਆ ਅਤੇ ਫੈਮਲੀ ਬਾਰੇ ਪੁੱਛਿਆ ਉਹਨੇ ਤੇਰੀ ਫੈਮਲੀ ਕਿੱਥੇ ਆ ਲਾਮਿਨ ਕਹਿੰਦਾ ਇਰੀਨਾ ਕਹਿੰਦੀ ਲਾ ਕਹਿੰਦੀ ਮਾਈ ਲਾ ਮੀਆਂ ਜਿੱਦਾਂ ਹੁਣ ਇੱਥੇ ਕੋਈ ਵੀ ਸ਼ਬਦ ਸ਼ੁਰੂ ਕਰਨਾ ਇਟਲੀ ਦੇ ਵਿੱਚ ਇਟਾਲੀਅਨ ਦੇ ਵਿੱਚ ਉਹਦੇ ਲਾ ਦੇ ਨਾਲ ਸ਼ੁਰੂ ਹੁੰਦਾ ਜਿੱਦਾਂ ਦੈਟ ਮਾਈ ਜਿੱਦਾਂ ਹੁਣ ਇੰਗਲਿਸ਼ 'ਚ ਦੈਟ ਮਾਈ ਪਰ ਇੰਗਲਿਸ਼ ਯੂਜ਼ ਨਹੀਂ ਕਰਦੇ ਦੈਟ ਇਜ਼ ਮਾਈ ਜਿੱਦਾਂ ਕਹਿ ਦਿੰਦੇ ਕਈ ਵਾਰੀ ਕਹਿ ਦਿੰਦੇ ਪਰ ਜ਼ਿਆਦਾ ਨਹੀਂ ਯੂਜ਼ ਕਰਦੇ ਇਹਦੇ ਵਿੱਚ ਲਾ ਮੀਆਂ ਦੈਟ ਮਾਈ ਫੈਮਲੀ ਲਾ ਮੀਆਂ ਫਮੀਲੀਆ ਫੈਮਲੀ ਇਹ ਇਨ ਉਕਰਾਈਨਾ ਕਹਿੰਦੀ ਯੂਕਰੇਨ ਦੇ ਵਿੱਚ ਆ ਮੇਰੀ ਫੈਮਲੀ ਲਾਮਿਨ ਲਾਮਿਨ ਕਹਿੰਦਾ ਸੈਈ ਸਪੋਸਾਤਾ ਸਪੋਸਾਤਾ ਹੁੰਦਾ ਮੈਰਿਡ ਲਾਮਿਨ ਕਹਿੰਦਾ ਤੂੰ ਵਿਆਹੀ ਹੋਈ ਆ ਇਰੀਨਾ ਕਹਿੰਦੀ ਨੋ ਨੋਨ ਸੋਨੋ ਸਪੋਸਾਤਾ ਉਹ ਕਹਿੰਦੀ ਨੋ ਨਹੀਂ ਮੈਂ ਨਹੀਂ ਵਿਆਹੀ ਉਹ ਹੈਗੀ ਅਤੇ ਉਹ ਕਹਿੰਦੀ ਅਤੇ ਤੂੰ ਕਹਿੰਦੀ ਤੇਰਾ ਵਿਆਹ ਹੋਇਆ ਲਾਮਿਨ ਕਹਿੰਦਾ ਸੀ ਕਹਿੰਦਾ ਹਾਂ ਈਓ ਸੋਨੋ ਸਪੋਸਾਤੋ ਹਾਂ ਈਓ ਹੁੰਦਾ ਮੈਂ ਸੋਨੋ ਹੁੰਦਾ ਆਈ ਐੱਮ ਸਪੋਸਾਤੋ ਹੁੰਦਾ ਆ ਵਿਆਹਿਆ ਹੋਇਆ ਹਾਂ ਮੈਂ ਕਹਿੰਦਾ ਵਿਆਹਿਆ ਹੋਇਆ ਈਰਾ ਕਹਿੰਦੀ ਦੋਵੇ ਕਿੱਥੇ ਤੂੰ ਆ ਤੇਰੀ ਮੌਲੀਏ ਉਹ ਕਹਿੰਦੀ ਤੇਰੀ ਘਰ ਵਾਲੀ ਕਿੱਥੇ ਆ ਮੌਲੀਏ ਹੁੰਦਾ ਆ ਘਰ ਵਾਲੀ ਠੀਕ ਹੈ ਜੀ ਜਿਹੜਾ ਆਹ ਵਰਡ ਆ ਮੌਲੀਏ ਇਹਦਾ ਮਤਲਬ ਹੁੰਦਾ ਆ ਘਰ ਵਾਲੀ ਵਾਈਫ ਮੌਲੀਏ ਹੁਣ ਇਹਨੂੰ ਮੌਗਲੀਏ ਕਿਉਂ ਨਹੀਂ ਕਿਹਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ ਜਦੋਂ ਜੀ ਐੱਲ ਲੱਗ ਜਾਂਦੀ ਆ ਤਾਂ ਉਹ ਜਿਹੜੀ ਜੀ ਆ ਉਹ ਸਾਈਲੈਂਟ ਹੋ ਜਾਂਦੀ ਆ ਅਤੇ ਉਹਨੇ ਜੀ ਨੇ ਬੋਲਣਾ ਨਹੀਂ ਜੀ ਨੇ ਆਪਣੀ ਆਵਾਜ਼ ਨਹੀਂ ਕਰਨੀ ਸਿਰਫ ਐੱਲ ਹੀ ਬੋਲੂਗੀ ਉਸ ਤੋਂ ਬਾਅਦ ਲਾਮਿਨ ਲਾਮਿਨ ਕਹਿੰਦਾ ਫਿਰ ਜਵਾਬ ਦਿੰਦਾ ਲਾਮਿਨ ਐ ਇਨ ਗਾਂਬੀਆ ਲਾਮਿਨ ਗਾਂਬੀਆ ਤੋਂ ਆ ਇਸ ਕਰਕੇ ਉਹਨੇ ਜਵਾਬ ਦਿੱਤਾ ਉਹ ਗਾਂਬੀਆ ਤੋਂ ਆ ਈਓ ਸੋਨੋ ਕਹਿੰਦਾ ਮੈਂ ਈਓ ਸੋਨੋ ਆਈ ਐੱਮ ਕੁਈ ਦਾ ਸੋਲੋ ਹੁੰਦਾ ਆ ਇਕੱਲਾ ਉਹ ਕਹਿੰਦਾ ਮੈਂ ਇੱਥੇ ਇਕੱਲਾ ਹਾਂ ਇਰੀਨਾ ਕਹਿੰਦੀ ਦਾ ਕਹਿੰਦਾ ਫਰੋ ਕਹਿੰਦੀ ਫਰੋਮ ਕੁਆਂਤੋ ਕੁਆਂਤੋ ਹੁੰਦਾ ਕਿੰਨਾ ਟੈਂਪੋ ਹੁੰਦਾ ਟਾਈਮ ਸੀਏ 'ਤੇ ਹੁੰਦਾ ਆ ਯੂ ਆਰ ਯਾਨੀ ਕਿ ਸੀਏ 'ਤੇ ਹੁਣ ਇਹ ਸ਼ਬਦ ਮੈਂ ਤੁਹਾਨੂੰ ਪਹਿਲਾਂ ਵੀ ਪਿਛਲੇ ਲੈਸਨਾਂ ਦੇ ਵਿੱਚ ਸਿਖਾਇਆ ਸੀਏ 'ਤੇ ਜਦੋਂ ਆ ਜਾਂਦਾ ਆ ਉਦੋਂ ਦੋ ਜਣਿਆਂ ਦੀ ਗੱਲ ਜਾਂ ਬਹੁਤ ਜਣਿਆਂ ਦੀ ਗੱਲ ਕੀਤੀ ਜਾਂਦੀ ਹੈ ਦੋ ਤੋਂ ਵੱਧ ਬੰਦਿਆਂ ਦੀ ਗੱਲ ਕੀਤੀ ਜਾਂਦੀ ਹੈ ਇੱਕ ਜਣੇ ਦੀ ਗੱਲ ਲਈ ਸਿਆਈ ਹੁੰਦਾ ਆ ਸੀਏ 'ਤੇ ਹੁੰਦਾ ਆ ਜ਼ਿਆਦਾ ਜਣਿਆਂ ਦੀ ਗੱਲ ਜਦੋਂ ਉਹ ਸਾਹਮਣੇ ਵਾਲੇ ਬੰਦੇ ਦੀ ਜ਼ਿਆਦਾ ਜਣਿਆਂ ਦੀ ਗੱਲ ਕਰੇ ਨਾਲ ਸਾਹਮਣੇ ਵਾਲੇ ਬੰਦੇ ਦੇ ਨਾਲ ਜ਼ਿਆਦਾ ਜਣਿਆਂ ਨੂੰ ਜੋੜ ਦੇਵੇ ਤਾਂ ਉਦੋਂ ਸੀਏ 'ਤੇ ਆ ਜਾਂਦਾ ਉਹ ਕਹਿੰਦਾ ਕਹਿੰਦੀ ਦਾ ਕੁਆਂਤੋ ਟੈਂਪੋ ਸੀਏ 'ਤੇ ਸਪੋਸਾਤੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵਿਆਹਿਆਂ ਨੂੰ ਠੀਕ ਹੈ ਜੀ
ਲਾਮੀਨ ਕਹਿੰਦਾ ਸਿਆਮੋ ਵੀ ਆਰ। ਹੁਣ ਸਿਆਮੋ ਕਿਉਂ ਲੱਗਿਆ ਇੱਥੇ ਮੈਂ ਤੁਹਾਨੂੰ ਫਿਰ ਦੁਬਾਰਾ ਦੱਸ ਦੇ ਵੀ ਦਿੰਦਾ ਹਾਂ, ਕਿਉਂਕਿ ਮੈਂ ਦੱਸ ਵੀ ਚੁੱਕਾ ਹਾਂ। ਸਿਆਮੋ ਕਹਿੰਦਾ ਵੀ ਆਰ, ਸਿਆਮੋ ਹੁੰਦਾ ਅਸੀਂ, ਸਿਆਮੋ ਪੁਸਾਤੀ। ਹੁਣ ਅਸੀਂ ਇੱਕ ਹੁੰਦਾ ਨੋਈ, ਉਹ ਨੋਈ ਉਦੋਂ ਲੱਗਦਾ ਆ ਜਦੋਂ ਅਸੀਂ ਆਪਣੀ ਗੱਲ, ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਹਾਂ ਨੋਈ ਨੋਈ। ਸਿਆਮੋ ਹੁੰਦਾ ਆ ਵੀ ਆਰ, ਹੈ ਠੀਕ ਹੈ ਜੀ। ਸਿਆਮੋ ਸਿਆਮੋ ਉਦੋਂ ਲੱਗਣਾ ਆ ਜਦੋਂ ਉਹ ਆਪਣੀ ਗੱਲ ਕਰਦਾ ਹੋਵੇ, ਜਿੱਦਾਂ ਦੋ ਜਣਿਆਂ ਦੀ ਗੱਲ ਕਰਦਾ ਹੋਵੇ। ਸਿਆਮੋ ਪੁਸਾਤੀ, ਜਿਹੜਾ ਸਿਆਮੋ ਲੱਗਦਾ ਆ ਉਹ ਇੱਕ ਹੈਲਪਿੰਗ ਵਰਡ ਵੀ ਆ, ਹੈਲਪਿੰਗ ਵਰਡ ਜਿੱਦਾਂ ਵੀ ਆਰ, ਵੀ ਦੇ ਨਾਲ ਆਰ ਲੱਗਦੀ ਹੈ ਠੀਕ ਹੈ ਜੀ। ਪੁਸਾਤੀ ਹੁੰਦਾ ਵਿਆਹੇ ਹੋਏ, ਦਾ ਹੁੰਦਾ ਫਰੋਮ, ਕੁਆਤਰੋ ਹੁੰਦਾ ਚਾਰ, ਆਨੀ ਹੁੰਦਾ ਸਾਲ। ਉਹ ਕਹਿੰਦਾ ਅਸੀਂ 4 ਸਾਲ ਤੋਂ ਵਿਆਹੇ ਹੋਏ ਹਾਂ। ਹੁਣ ਇਹ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ। ਹੁਣ ਕਹਾ ਉਹਨਾਂ ਨੇ ਕਿਤਾਬ ਵਾਲਿਆਂ ਨੇ ਕਿਸੇ ਨੂੰ ਕੁਐਸਚਨ ਪੁੱਛੇ ਹੋਣੇ ਆ, ਉਹ ਆਪਣੇ ਦਿਮਾਗ ਦੇ ਨਾਲ ਤੁਸੀਂ ਇਹਨਾਂ ਦੇ ਜਵਾਬ ਲੱਭਣੇ ਆ। ਅਗਲਾ ਪੈਰਾ ਆ ਗਿਆ। ਹੁਣ ਸਾਰੇ ਸਵਾਲ ਪਿਛਲੇ ਪੈਰੇ ਦੇ ਵਿੱਚ ਜਨਾਨੀ ਨੇ ਪੁੱਛੇ ਸੀਗੇ ਨੇ, ਹੁਣ ਆਹ ਬੰਦੇ ਨੇ ਸਵਾਲ ਪੁੱਛੇ ਹੋਆ ਇਹਦੇ ਵਿੱਚ, ਆਹ ਦੇਖੋ ਨਿਸ਼ਾਨ ਵਾਹ ਆ। ਹੁਣ ਇਹਨੇ ਸਵਾਲ ਪੁੱਛੇ ਹੋਆ, ਉਹ ਕਹਿੰਦਾ ਤੂੰ, ਯੂ ਦਾ ਹੁੰਦਾ ਫਰੋਮ, ਕੁਆਂਟੋ ਹੁੰਦਾ ਕਿੰਨਾ, ਟੈਂਪੋ ਹੁੰਦਾ ਟਾਈਮ, ਸੈਈ ਇਨ ਇਟਾਲੀਆ। ਉਹ ਕਹਿੰਦਾ ਤੂੰ ਕਿੰਨੇ ਟਾਈਮ ਤੋਂ ਇਟਾਲੀਆ ਦੇ ਵਿੱਚ ਆ, ਇਟਲੀ ਵਿੱਚ ਆ। ਉਹ ਕਹਿੰਦੀ ਸੋਨੋ, ਸੋਨੋ ਹੁੰਦਾ ਆਈ ਐੱਮ, ਇਨ ਹੁੰਦਾ ਵਿੱਚ, ਇਟਾਲੀਆ ਹੁੰਦਾ ਇਟਲੀ, ਦਾ ਹੁੰਦਾ ਆ ਫਰੋਮ। ਉਹ ਕਹਿੰਦੀ ਮੈਂ, ਉਹ ਕਹਿੰਦਾ ਵੀ ਸੋਨੋ ਇਨ ਇਟਾਲੀਆ, ਕਹਿੰਦੀ ਮੈਂ ਇਟਲੀ ਦੇ ਵਿੱਚ ਹਾਂ ਚਿੰਕੋਏ ਮੇਸੀ 5 ਮਹੀਨਿਆਂ ਤੋਂ। ਅਤੇ ਉਹ ਕਹਿੰਦਾ ਕੌਨ ਹੁੰਦਾ ਨਾਲ, ਕੀ ਹੁੰਦਾ ਗਿਆ ਵਿਦ ਹੋਮ, ਕਿਹਦੇ ਕਿਹਦੇ, ਸੈਈ ਹੁੰਦਾ ਯੂ ਆਰ, ਇਨ ਇਨ ਹੁੰਦਾ ਵਿੱਚ, ਇਟਾਲੀਆ ਹੁੰਦਾ ਇਟਲੀ। ਕੌਨ ਕੀ ਸੈਈ ਇਨ ਇਟਾਲੀਆ, ਉਹ ਕਹਿੰਦਾ ਕਿਹਦੇ ਨਾਲ ਆ ਇਹਦੀ ਇਟਲੀ ਦੇ ਵਿੱਚ। ਕਹਿੰਦੀ ਸੋਨ ਹੁੰਦਾ ਆਈ ਐੱਮ, ਕੁਈ ਹੁੰਦਾ ਇੱਥੇ, ਕੌਨ ਮੀਓ ਮਰੀਤੋ, ਮੈਂ ਆਪਣੇ ਮਰੀਤੋ ਦੇ ਨਾਲ ਰਹਿੰਦੀ ਹਾਂ, ਪਰ ਉਹ ਅਮਰੀਕਾ ਦੇ ਨਾਲ ਰਹਿੰਦੀ ਆ, ਥੋੜ੍ਹਾ ਜਿਹਾ ਗਲਤ ਭਰਿਆ ਇੱਥੇ ਠੀਕ ਹੈ ਜੀ। ਦੋਵੇ, ਉਹ ਕਹਿੰਦਾ ਕਿੱਥੇ, ਲਾ ਦੈਟ ਤੂ ਆ, ਤੇਰੀ ਫੈਮਿਲੀਆ ਫੈਮਿਲੀ, ਉਹ ਕਹਿੰਦਾ ਤੇਰੀ ਫੈਮਿਲੀ ਕਿੱਥੇ ਆ। ਉਹ ਕਹਿੰਦੀ ਲਾ ਦੈਟ ਮੀਆਂ, ਮੇਰੀ ਫੈਮਿਲੀਆ ਫੈਮਿਲੀ, ਇਹ ਹੁੰਦਾ ਆ ਹੈ ਹੋਣਾ, ਹੈਗੀ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਇਨ ਇੰਡੀਆ। ਹੁਣ ਉਸ ਬੰਦੇ ਨੇ ਆਪਣੇ ਬਾਰੇ ਦੱਸਿਆ ਆ, ਪਰ ਉਹਦੇ ਇਹਦੇ ਵਿੱਚ ਉਹ ਜਨਾਨੀ ਦੇ ਸਹੀ ਸੈਂਟੈਂਸ ਹੀ ਅਸੀਂ ਭਰਨੇ ਆ ਠੀਕ ਹੈ ਜੀ। ਉਹਦੀ ਫੈਮਿਲੀ ਯੂਕਰਾਈਨਾ ਦੇ ਵਿੱਚ ਆ, ਦੇਖੋ ਇੱਥੇ ਉਹਨੇ ਦੱਸਿਆ ਆ ਲਾਮੀਆ ਫੈਮਿਲੀਆ ਇਨ ਉਕਰਾਈਨਾ ਠੀਕ ਹੈ ਜੀ। ਫਿਰ ਉਹ ਕਹਿੰਦਾ ਸੈਈ ਸਪੋਸਾਤੋ, ਸੈਈ ਸਪੋਸਾਤਾ। ਹੁਣ ਇਹਦੇ ਵਿੱਚ ਸਹੀ ਸਪੋਸਾ ਤੋਂ ਸਹੀ ਸਪੋਸਾ ਦਾ ਕਿਉਂ ਲਿਖਿਆ ਆ, ਕਿਉਂਕਿ ਉਹ ਤੁਹਾਨੂੰ ਦੇਖਣਾ ਚਾਹੁੰਦੇ ਆ ਵੀ ਹਾਂ ਤੁਸੀਂ ਸਹੀ ਸਵਾਲ ਦਿੰਦੇ ਆ ਜਾਂ ਨਹੀਂ ਦਿੰਦੇ। ਅਤੇ ਉਹ ਕਹਿੰਦੇ ਆ ਵੀ ਸਹੀ ਸਪੋਸਾ ਤੋਂ ਜਾਂ ਸਪੋਸਾਤਾ, ਸਪੋਸਾਤਾ ਹੋਣਾ ਕਿਉਂ, ਕਿਉਂਕਿ ਉਹ ਜਨਾਨੀ ਤੋਂ ਪੁੱਛ ਰਿਹਾ ਆ ਸਵਾਲ, ਅਤੇ ਜਨਾਨੀ ਦੇ ਲਈ ਹਮੇਸ਼ਾ ਸਪੋਸਾਤਾ ਆਉਣਾ, ਇਹ ਹਰੇਕ ਗੱਲ ਦੇ ਵਿੱਚ ਏ ਲਾਉਣੀ ਆ, ਸਪੋਸਾਤਾ, ਬੈਲੀਸੀਮਾ, ਬੈਲਾ ਠੀਕ ਹੈ ਜੀ। ਅਤੇ ਇਸ ਕਰਕੇ ਏ ਲੱਗਣੀ ਆ। ਸੀ ਸੁਣੋ, ਹਾਂ ਮੈਂ ਸਪੁਸਾਤਾ ਮੈਰਿਡ ਹਾਂ, ਸਪੁਸਾਤਾ ਹੁੰਦਾ ਮੈਰਿਡ, ਇਹ ਵਿਆਹਿਆ ਹੋਇਆ। ਨੋ ਨੋਨ ਸੋਨੋ, ਜੇ ਉਹ ਨਹੀਂ ਵਿਆਹੀ ਉਹ ਹੈਗੀ ਤਾਂ ਇੱਥੇ ਲਾ ਲੈਣਾ ਸੀ ਨੋ, ਨਹੀਂ ਮੈਂ ਨਹੀਂ ਵਿਆਹਿਆ ਹੈਗਾ ਜਾਂ ਨਹੀਂ ਵਿਆਹੀ ਹੈਗੀ ਠੀਕ ਹੈ ਜੀ। ਅਗਲਾ ਪੈਰਾ ਆ ਗਿਆ ਰਿਸਪੋਂਦੀ। ਹੁਣ ਅਸੀਂ ਤਾਂ ਜਵਾਬ ਦੇਣੇ ਆ ਉਹਦੇ ਪੈਰੇ ਵਿੱਚੋਂ ਲੱਭ ਕੇ, ਜਿਹੜਾ ਅਸੀਂ ਆਹ ਵਾਲਾ ਪੈਰਾ ਉੱਪਰ ਕੀਤਾ ਆ ਠੀਕ ਹੈ ਜੀ। ਉਹਨੇ ਲਿਖਿਆ ਆ ਰਿਸਪੋਂਦੀ, ਜਵਾਬ ਦਿਓ, ਰਿਸਪੋਂਦੀ ਹੁੰਦਾ ਜਵਾਬ ਦੇਣਾ। ਇਹ ਕੁਐਸਚਨ ਆ ਦਾ ਫਰੋਮ, ਕੁਆਂਟੋ ਕਿੰਨਾ, ਟੈਂਪੋ ਟਾਈਮ, ਇਰੀਨਾ ਬੰਦੇ ਉਹ ਜਨਾਨੀ ਹੈ ਨਾ, ਐ ਹੁੰਦਾ ਹੋਣਾ, ਇਨ ਹੁੰਦਾ ਵਿੱਚ, ਇਟਾਲੀਆ ਹੁੰਦਾ ਇਟਲੀ। ਉਹ ਕਹਿੰਦੀ ਕਿੰਨੇ ਟਾਈਮ ਤੋਂ ਇਰੀਨਾ ਇਟਲੀ ਦੇ ਵਿੱਚ ਆ। ਹੁਣ ਜਵਾਬ ਲੱਭੋ ਇਹਦੇ ਵਿੱਚੋਂ, ਆਹ ਦੇਖੋ ਇਹ ਸੋਨੀ ਇਟਾਲੀਆ ਲਾਮਿਨ ਇਰੀਨਾ ਆਕੇ ਓ। ਹੁਣ ਆਹ ਦੇਖੋ ਉਹਨੇ ਆਹ ਪੁੱਛਿਆ ਸੀ ਅਤੇ ਤੂੰ ਕਿੰਨੇ ਟਾਈਮ ਤੋਂ ਇਟਲੀ ਦੇ ਵਿੱਚ ਆ, ਤਾਂ ਇਰੀਨਾ ਨੇ ਕਿਹਾ ਸੀਗਾ ਆਕੇ ਯੂ ਸੋਨੋ ਕੁਈ ਦਾ ਸਹੀ ਮੇਸੀ ਠੀਕ ਹੈ ਜੀ। ਹੁਣ ਇੱਥੇ ਭਰ ਦੇਣਾ, ਇੱਥੇ ਅਸੀਂ ਸੈਂਟੈਂਸ ਬਣਾਉਣਾ ਆ ਇਰੀਨਾ,
ਹੁਣ ਉਹਨੇ ਤੀਸਰੇ ਬੰਦੇ ਦੀ ਗੱਲ ਕੀਤੀ ਹੈ, ਸਿੰਟੈਕਸ ਕਿੱਦਾਂ ਬਣਾਉਣਾ ਅਸੀਂ, ਇਰੀਨਾ ਐ ਇਨ ਇਤਾਲੀਆ। ਹੁਣ ਆਵਲਾ ਬਾਰਡਰ ਆ ਜਾਣਾ ਉੱਪਰ, ਦਾ ਸੇਈ ਮੇਸੀ। ਉਸ ਤੋਂ ਅੱਗੇ ਦਾ ਫਰੋਮ ਕੁਆਂਤੋ ਕਿੰਨਾ, ਟੈਂਪੋ ਟਾਈਮ ਲਾਮਿਨ ਬੰਦਿਆਨਾ, ਐ ਹੋਣਾ ਇਨ ਵਿੱਚ ਇਟਾਲੀਆ ਇਟਲੀ। ਕਿੰਨੇ ਟਾਈਮ ਤੋਂ ਲਾਮਿਨ ਇਟਲੀ ਦੇ ਵਿੱਚ ਰਹਿ ਲਿਆ ਆ, ਦਾ ਕੁਆਂਤੋ ਟੈਂਪੋ ਲਾਮਿਨ ਐ ਇਨ ਇਤਾਲੀਆ। ਹੁਣ ਇੱਥੇ ਦੇਖੋ, ਉਹਨੇ ਪੁੱਛਿਆ ਸੀਗਾ, ਇਰੀਨਾ ਨੇ ਪੁੱਛਿਆ ਸੀ ਦਾ ਕੁਆਂਤੋ ਟੈਂਪੋ ਸੇ ਇਨ ਇਤਾਲੀਆ। ਹੁਣ ਲਾਮਿਨ ਨੇ ਜਵਾਬ ਦਿੱਤਾ ਸੀਗਾ ਵੀ ਲਾਮਿਨਾ ਦੇਖੋ ਸੋਨੋ ਇਨ ਇਤਾਲੀਆ ਦਾ ਸਹੀ ਮੇ ਸੀ। ਉਹ ਕਹਿੰਦਾ ਮੈਂ ਇਟਲੀ ਦੇ ਵਿੱਚ ਹਾਂ 6 ਮਹੀਨਿਆਂ ਤੋਂ। ਹੁਣ ਇਹਦਾ ਜਵਾਬ ਕੀ ਆਊਗਾ, ਜਵਾਬ ਸੋਨੋ ਨਹੀਂ ਲਾਉਣਾ। ਕਿਉਂ ਕਿਉਂ ਨਹੀਂ ਲਾਉਣਾ ਅਸੀਂ ਸੋਨੋ, ਕਿਉਂ ਕਿਉਂਕਿ ਜੇ ਅਸੀਂ ਸੋਨੋ ਲਾ ਦਿੱਤਾ ਇੱਥੇ ਉਹਦੇ ਆਪਣੀ ਗੱਲ ਹੋ ਗਈ, ਉਹ ਬੁੱਕ ਵਾਲਿਆਂ ਨੇ ਤੁਹਾਡੇ ਕੋਲੋਂ ਕੁਐਸਚਨ ਪੁੱਛੇ ਹੋ, ਆਹ ਵਾਲੇ ਕੁਐਸਚਨ ਤੁਹਾਡੇ ਕੋਲੋਂ ਪੁੱਛੇ ਹੋ, ਇਸ ਕਰਕੇ ਤੁਸੀਂ ਪਹਿਲਾਂ ਲਾਮਿਨ ਦਾ ਨਾਂ ਲਿਖਣਾ ਜਿੱਦਾਂ ਇਹਦੇ ਵਿੱਚ ਲਿਖਿਆ ਹੀ ਹੈ, ਲਾਮਿਨ ਐ ਇਨ ਇਤਾਲੀਆ ਦਾ। ਹੁਣ ਆਹ ਵਾਲਾ ਆਂਸਰ ਚੱਕ ਲਓ, ਦਾ ਸਹੀ ਮੇ ਸੀ 6 ਮਹੀਨਿਆਂ ਤੋਂ, ਉਹ ਲਾਮਿਨ ਰਹਿ ਰਿਹਾ ਆ ਇਟਲੀ ਦੇ ਵਿੱਚ 6 ਮਹੀਨਿਆਂ ਤੋਂ। ਠੀਕ ਹੈ ਜੀ, ਜਵਾਬ ਤਾਂ ਤੁਹਾਨੂੰ ਪਤਾ ਹੀ ਆ ਅੱਖਰਾਂ ਦੇ, ਜਿਹੜੇ ਮੈਂ ਤੁਹਾਨੂੰ ਅੱਖਰ ਦੱਸੇ ਆ, ਵਰਡ ਸਮਝਾਏ ਆ, ਅਤੇ ਤੁਸੀਂ ਹੁਣ ਆਪਣੇ ਜਵਾਬ ਇਹਨਾਂ ਦੇ ਮਤਲਬ ਇਹਨਾਂ ਦੇ ਬਣਾ ਸਕਦੇ ਕੋਈ ਆਸਾਨੀ ਦੇ ਨਾਲ। ਹੁਣ ਕੁੰਨ ਕੀ ਐ ਇਨ ਇਤਾਲੀਆ ਇਰੀਨਾ, ਕੁੰਨ ਹੁੰਦਾ ਨਾਲ, ਕੀ ਹੁੰਦਾ ਕੀ ਦੇ, ਐ ਹੁੰਦਾ ਹੋਣਾ, ਇਨ ਹੁੰਦਾ ਵਿੱਚ, ਇਟਾਲੀਆ ਇਟਲੀ, ਇਰੀਨਾ ਇਰੀਨ ਜਨਾਨੀਆਂ ਨਾਲ। ਉਹ ਕਹਿੰਦੀ ਉਹ ਇਰੀਨਾ ਜਿਹੜੀ ਆ, ਕਹਿੰਦੇ ਬੁੱਕ ਵਾਲੇ ਕਹਿੰਦੇ ਇਰੀਨਾ ਜਿਹੜੀ ਆ ਇਟਲੀ ਦੇ ਵਿੱਚ ਕਿਹਦੇ ਨਾਲ ਰਹਿ ਰਹੀ ਆ। ਹੁਣ ਦੇਖੋ ਇਹਦੇ ਵਿੱਚ ਜਵਾਬ ਅਸੀਂ ਲੱਭਣਾ ਆ। ਹੁਣ ਲਾਮਿਨ ਨੇ ਇੱਥੇ ਪੁੱਛਿਆ ਸੀਗਾ ਕਿੱਥੇ ਗਿਆ ਦਾ ਕੁਆਂਤੋ ਟੈਂਪੋ ਸਹੀ, ਕੌਣ ਲਾਮਿਨ ਨੇ ਪੁੱਛਿਆ ਸੀ ਕੌਣ ਕੀ ਸਹੀ ਨਹੀਂ ਦਾ ਲਿਆ, ਇਰੀਨਾ ਜਵਾਬ ਦਿੱਤਾ ਸੀ ਸੋਨੋ ਕੋਈ ਕਾਨੂੰਨ ਅਮਿਕਾ। ਹੁਣ ਇੱਥੇ ਸੋਨੋ ਕੋਈ ਇਹੀ ਅਸੀਂ ਲੈਣ ਨਹੀਂ, ਚੱਕ ਕੇ ਲਾ ਦੇਣੀ ਵੀ ਮੈਂ ਇੱਥੇ ਆਪਣੀ ਸਹੇਲੀਏ ਨਾਲ ਰਹਿੰਦੀ ਹਾਂ। ਹੁਣ ਅਸੀਂ ਇੱਥੇ ਕਿਉਂਕਿ ਤੀਸਰੇ ਬੰਦੇ ਨੇ ਸਾਨੂੰ ਬੁੱਕ ਵਾਲੇ ਨੇ ਪੁੱਛਿਆ ਆ, ਸੋਨੋ ਅਸੀਂ ਹਮੇਸ਼ਾ ਆਪਣੀ ਗੱਲ ਦੇ ਨਾਲ ਲਾਉਣਾ ਆ। ਸੋਨੋ ਜੇ ਅਸੀਂ ਆਪਣੀ ਗੱਲ ਕਰਨੀ ਹੁੰਦੀ, ਜੇ ਤੁਹਾਨੂੰ ਕੋਈ ਪੁੱਛਦਾ ਤਾਂ ਤੁਸੀਂ ਕਹਿਣਾ ਸੀ ਸੋਨੋ ਕੋਈ ਕਾਨੂੰਨ ਅਮਿਕਾ ਨਮਿਕਾ। ਹੁਣ ਇੱਥੇ ਲਾਉਣਾ ਰੀਨਾ ਸਤਾ, ਇੱਥੇ ਲਾਉਣਾ ਸਤਾ, ਰੀਨਾ ਸਤਾ ਜਾਂ ਐ ਰੀਨਾ ਐ ਇਨ ਇਤਾਲੀਆ ਕੌਨ ਉਨ ਅਮੀਕਾ। ਠੀਕ ਹੈ ਜੀ, ਹੁਣ ਇਸ ਤੋਂ ਬਾਅਦ ਲਈ ਐ ਸਪੋਸਾਤਾ ਲਈ, ਹੁਣ ਇੱਥੇ ਲਈ ਲੱਗ ਗਿਆ, ਲਈ ਮਤਲਬ ਜਨਾਨੀ, ਲਈ ਐ ਸਪੋਸਾਤਾ ਯਾਨੀ ਇਹ ਜਨਾਨੀ ਦੀ ਗੱਲ ਹੋ ਰਹੀ ਆ, ਇਹ ਉਹਦਾ ਹੋਣਾ ਸਪੋਸਾਤਾ ਮੈਰਿਡ, ਯਾਨੀ ਕਿ ਇਰੀਨਾ ਵਿਆਹੀ ਹੋਈ ਆ ਉਹਨਾਂ ਨੇ ਪੁੱਛਿਆ, ਕਿਉਂਕਿ ਬੰਦਿਆਂ ਦੇ ਵਿੱਚੋਂ ਦੋਨੇ ਹੀ ਪਰਸਨ ਦੇ ਵਿੱਚ ਜਨਾਨੀ ਦੀ ਗੱਲ ਹੋਈ ਆ, ਜਨਾਨੀ ਹੈਗੀ ਇਰੀਨਾ ਅਤੇ ਇਰੀਨਾ ਨੋ, ਇਰੀਨਾ ਜਵਾਬ ਹੈ ਨੋ ਨੋਨ ਸੋਨੋ ਸਪੋਸਾਤਾ। ਹੁਣ ਸੋਨੋ ਨਹੀਂ ਆਉਣਾ ਇੱਥੇ, ਇੱਥੇ ਲਿਖਣਾ ਆ ਇਰੀਨਾ ਨੋਨ ਇਰੀਨਾ, ਇਰੀਨਾ ਪਹਿਲਾਂ ਚੱਕ ਲੈਣਾ ਸੀ ਆਹ ਵਾਲਾ ਨੋਨ ਐ ਸਪੋਸਾਤਾ। ਠੀਕ ਹੈ ਜੀ, ਫਿਰ ਅਗਲਾ ਇਹ ਸਵਾਲ ਆ ਗਿਆ, ਦੋਵੇਂ ਐ ਲਾ ਫਮੀਲੀਆ ਦੀ ਇਰੀਨਾ, ਦੋਵੇਂ ਕਿੱਥੇ ਲਾ ਦੈਟ ਫਮੀਲੀਆ ਫੈਮਿਲੀ ਦੀ ਦੀ ਦਾ ਯਾਨੀ ਉਹਦੀ ਇਰੀਨਾ ਦੀ ਫਮੀਲੀਆ ਦੀ ਇਰੀਨਾ ਵੀ ਫੈਮਿਲੀ ਕਿੱਥੇ ਆ ਇਰੀਨਾ ਦੀ। ਹੁਣ ਇਰੀਨਾ ਨੇ ਦੱਸਿਆ ਸੀਗਾ ਫੈਮਿਲੀ ਬਾਰੇ, ਇਰੀਨਾ ਲਾ ਉਹ ਕਹਿੰਦੀ ਮੇਰੀ ਫੈਮਿਲੀ ਆ ਦੇ ਯੂਕਰੇਨ ਦੇ ਵਿੱਚ ਆ, ਉਕਰਾਈਨਾ 'ਚ ਆ। ਹੁਣ ਇੱਥੇ ਕਿੱਦਾਂ ਹਨ ਫਮੀਲੀਆ, ਫਮੀਲੀਆ ਫਮੀਲੀਆ ਦੀ ਇਰੀਨਾ ਐ, ਹੁਣ ਉੱਪਰ ਦੇਖ ਲਓ ਜਿਹੜਾ ਸਵਾਲ ਸੀਗਾ ਉਹਦਾ ਜਵਾਬ ਸੀਗਾ ਐ ਇਨ ਉਕਰਾਈਨਾ, ਇੱਦਾਂ ਬਣਨਾ ਹੈ। ਠੀਕ ਹੈ ਜੀ, ਅੱਗੇ ਵੱਧਦੇ ਹਾਂ, ਲਾਮਿਨ ਹੈ, ਲਾਮਿਨ ਐਸ ਪੁਸਾ ਦਿਓ, ਲਾਮਿਨ ਵਿਆਹਿਆ ਆ,
ਹੁਣ ਲਾਮਿਨ ਨੇ ਕੀ ਕਿਹਾ ਸੀਗਾ, ਨਹੀਂ ਲਾਮਿਨ ਕਹਿੰਦਾ ਹਾਂ ਮੈਂ ਵਿਆਹ ਆ। ਲਾਮਿਨ ਕਿੱਥੇ ਗਿਆ, ਹਾਂ ਨਹੀਂ ਲਾਮਿਨ ਕਹਿੰਦਾ ਸੀ ਸੋ ਈਓ ਸੋਨੂੰ ਸਪੋਸਾਤ। ਹੁਣ ਇੱਥੇ ਈਓ ਉਹਨੇ ਆਪਣੀ ਗੱਲ ਕੀਤੀ, ਅਸੀਂ ਉਹਦੀ ਗੱਲ ਨਹੀਂ ਕਰਨੀ, ਅਸੀਂ ਬੁੱਕ ਵਾਲਿਆਂ ਦਾ ਜਵਾਬ ਦੇਣਾ। ਲਾਮਿਨ ਹੈ ਇੱਥੇ ਲਿਖਣਾ ਆ ਸੀ ਸੀ ਲਾਮਿਨ, ਫਿਰ ਲਿਖ ਦੇਣਾ, ਫਿਰ ਐ ਥੱਲੇ ਚੱਕ ਲੈਣਾ ਸਪੋਸਾਤੋ, ਸੀ ਲਾਮਿਨ ਐ ਸਪੋਸਾਤੋ, ਇੱਦਾਂ ਬਣਨਾ ਇਹਦਾ ਜਵਾਬ। ਫਿਰ ਅੱਗੇ ਉਹਨਾਂ ਨੇ ਕਿਹਾ ਦੋਵੇ ਐ ਲਾ ਫਮੀਲੀਆ ਦੀ ਲਾਮਿਨ, ਲਾਮਿਨ ਦੀ ਫੈਮਿਲੀ ਕਿੱਥੇ ਆ, ਉਹ ਕਹਿੰਦੇ ਉਹ ਕਹਿੰਦੇ ਵੀ ਉਹਦੀ ਫੈਮਿਲੀ ਆ ਐ ਇਨ ਗਾਂਬੀਆ, ਲਾਮਿਨ ਦੀ ਫੈਮਿਲੀ ਆ ਐ ਇਨ ਗਾਂਬੀਆ। ਲਾ ਹੁਣ ਇੱਥੇ ਇਹਦਾ ਸੈਂਟੈਂਸ ਕਿੱਦਾਂ ਬਣਨਾ, ਲਾ ਫਮੀਲੀਆ, ਲਾ ਫਮੀਲੀਆ, ਲਾ ਫਮੀਲੀਆ ਦੀ ਲਾਮਿਨ, ਹੁਣ ਉੱਪਰੋਂ ਐ ਇਨ ਗਾਂਬੀਆ, ਉੱਪਰੋਂ ਅਸੀਂ ਆਹ ਚੱਕ ਲਓ, ਠੀਕ ਹੈ ਜੀ। ਹੁਣ ਐਚ ਆ ਗਈ, ਦਾ ਕਿੰਨਾ ਕੁਆਂਤੋ, ਦਾ ਫਰੋਮ ਕੁਆਂਤੋ ਕਿੰਨਾ ਟੈਂਪੋ ਟਾਈਮ, ਲਾਮਿਨ ਲਾਮਿਨ ਬੰਦਿਆਂ ਨਾਲ ਐ ਹੋਣਾ ਸਪੋਸਾ ਤੋਂ ਵਿਆਹਿਆ, ਵੀ ਲਾਮਿਨ ਕਿੰਨੇ ਟਾਈਮ ਤੋਂ ਵਿਆਹਿਆ ਹੋਇਆ। ਹੁਣ ਲਾਮਿਨ ਨੇ ਕਿਹਾ ਸਿਆਮੋ ਸਪੋਸਾਤੀ ਦਾ ਕੁਆਤਰੋ ਆਨੀ, ਹੁਣ ਇੱਥੇ ਸਿਆਮੋ ਨਹੀਂ ਲਾਉਣਾ, ਕਿਉਂ, ਕਿਉਂਕਿ ਉਹਨੇ ਆਪਣੇ ਆਪਣੇ ਸਾਰਿਆਂ ਦੀ ਗੱਲ ਕੀਤੀ ਉਹ ਆ। ਹੁਣ ਅਸੀਂ ਉਹਨਾਂ ਦਾ ਜਵਾਬ ਜਿਹੜਾ ਦੇਣਾ ਉਹ ਇੱਕ ਬੰਦੇ ਲਈ ਦੇਣਾ, ਇੱਕ ਬੰਦੇ ਲਈ ਕਿੱਦਾਂ ਦੇਣਾ, ਉਹਦਾ ਨਾਂ ਲਿਖ ਕੇ, ਲਾਮ ਨਾਂ ਤਾਂ ਸਾਨੂੰ ਪਤਾ ਹੀ ਆ, ਨਾਂ ਲਿਖ ਦੇਣਾ ਸਿੱਧਾ ਹੀ, ਲਾਮਿਨ ਐਸ ਪੋਸਾਤੋ, ਉੱਪਰੋਂ ਚੱਕ ਲੈਣਾ ਦਾ ਕੁਆਤਰੋ ਆਨੀ, ਠੀਕ ਹੈ ਜੀ। ਇਹ ਵੀ ਪਹਿਰਾ ਹੋ ਗਿਆ ਕੰਪਲੀਟ, ਹੈਗਾ ਥੋੜ੍ਹਾ ਜਿਹਾ ਔਖਾ ਸੀਗਾ ਅਤੇ ਹੋ ਗਿਆ ਕੰਪਲੀਟ। ਅਗਲਾ ਪਹਿਰਾ ਆ ਗਿਆ, ਅਗਲੇ ਪਹਿਰੇ ਦੇ ਵਿੱਚ ਉਹਨਾਂ ਨੇ ਦੱਸਿਆ ਆ ਫਾ, ਫਾ ਹੁੰਦਾ ਕਰੋ, ਲੇ ਹੁੰਦਾ ਦੈਟ, ਕੁਆਤਰੋ ਦੁਮਾਂਦੇ, ਚਾਰ ਦੁਮਾਂਦੇ ਕਰੋ, ਉਹ ਕਹਿੰਦੇ ਦੁਮਾਂਦੇ ਹੁੰਦਾ ਆ ਪੁੱਛਣਾ, ਕੋਈ ਵੀ ਸਵਾਲ ਕਰਨਾ, ਫਾ ਲੇ ਕੁਆਤਰੋ ਦੁਮਾਂਦੇ, ਆਓ ਨਮੀਕੋ ਆਪਣੇ ਆਪਣੇ ਫਰੈਂਡ ਤੋਂ, ਆਓ ਨਮੀਕੋ ਏ ਅਤੇ ਜਾਂ ਆਪਣੇ ਸਹੇਲੀ ਨੂੰ ਜਾਂ ਫਰੈਂਡ ਆਪਣੇ ਸਹੇਲੀ ਜਾਂ ਸਹੇਲੀ ਨੂੰ ਪੁੱਛੋ ਚਾਰ ਸਵਾਲ, ਪੋਈ ਸਕਰੀਵ, ਫਿਰ ਪੋਈ ਹੁੰਦਾ ਫਿਰ, ਸਕਰੀਵ ਹੁੰਦਾ ਲਿਖਣਾ, ਲੇ ਰਿਸਪੋਂਸ, ਰਿਸਪੋਂਸ 'ਤੇ ਹੁੰਦਾ ਜਵਾਬ, ਅਤੇ ਉਹਦੇ ਜਵਾਬ ਲਿਖੋ ਆਪਣੀ ਸਹੇਲੀ ਕੋਲੋਂ ਪੁੱਛ ਕੇ। ਆਉਣਾ ਅਤੇ ਮੀਕੋ ਦਾ ਨਾਮ, ਮੰਨ ਲਓ ਤੁਹਾਡਾ ਉਹ ਗੁਰਪ੍ਰੀਤ ਫਰੈਂਡ ਆ ਅਤੇ ਉਹ ਉਹਨੂੰ ਤੁਸੀਂ ਪੁੱਛਦੇ ਆ, ਲੂਈ ਐ ਇਨ ਇਤਾਲੀਆ, ਉਹਨੂੰ ਪੁੱਛਿਆ ਤੁਸੀਂ ਲੂਈ ਐ ਇਨ ਇਤਾਲੀਆ, ਤੁਸੀਂ ਉਹ ਸਿੱਧੇ ਸਵਾਲ ਪੁੱਛ ਲਿਆ ਅਤੇ ਉਹਦਾ ਜਵਾਬ ਇੱਦਾਂ ਲਿਖਿਆ ਪਹਿਲਾਂ ਹੀ, ਐ ਇਨ ਇਤਾਲੀਆ ਦਾ ਜਿੰਨੇ ਮਹੀਨਿਆਂ ਤੋਂ ਆ ਉੱਥੇ ਮਹੀਨੇ ਲਿਖ ਦੇਣੇ ਜਾਂ ਸਾਲ ਲਿਖ ਦੇਣੇ, ਅਤੇ ਐ ਕੋਈ ਕੁੰਨ ਅਤੇ ਕਿਹਦੇ ਨਾਲ ਰਹਿੰਦਾ ਆ, ਐ ਕੋਈ ਕੁੰਨ ਜਿਹਦੇ ਨਾਲ ਜਾਂ ਉਹਦੀ ਫੈਮਿਲੀ ਆ ਜਾਂ ਕੁਛ ਵੀ ਆ ਉਹ ਲਿਖ ਦੇਣਾ, ਲਾ ਸੂਆ ਫਮੀਲੀਆ ਐ ਉਹਦੀ ਫੈਮਿਲੀ ਕਿੱਥੇ ਆ, ਐ ਇਨ ਇਟਾਲੀਆ ਜੇ ਇਟਾਲੀ ਇਟਲੀ ਜਾਂ ਇਟਲੀ ਲਿਖ ਦੇਣਾ, ਜਿੱਥੇ ਇੰਡੀਆ ਇੰਡੀਆ ਲਿਖ ਦੇਣਾ, ਠੀਕ ਆ ਜੀ। ਲੂਈ ਡੈਸ਼ ਸਪੋਸਾ ਤੋਂ, ਹੁਣ ਲੂਈ ਐ ਆਉਣਾ ਇੱਥੇ ਜਵਾਬ, ਐ ਸਪੋਸਾ ਤੋਂ, ਉਹ ਵਿਆਹਿਆ ਹੋਇਆ ਆ, ਠੀਕ ਹੈ ਜੀ। ਇਹ ਤਾਂ ਸੌਖਾ ਹੀ ਆ ਬਹੁਤ, ਕਿਉਂਕਿ ਤੁਹਾਨੂੰ ਪਹਿਲਾਂ ਹੀ ਸਮਝ ਉੱਪਰ ਲੱਗ ਗਈ ਆ, ਅਤੇ ਇੰਨਾ ਵੀ ਔਖਾ ਨਹੀਂ ਹੈਗਾ। ਲਈ ਐ ਇਨ ਇਤਾਲੀਆ ਦਾ ਹੋਣਾ ਜਨਾਨੀ ਲਈ ਆ, ਲਈ ਕਿਉਂ ਆ ਗਿਆ, ਲਈ ਕਿਉਂਕਿ ਲਈ ਜਨਾਨੀ ਲਈ ਲੱਗਦਾ ਅਤੇ ਲੂਈ ਬੰਦੇ ਲਈ ਲੱਗਦਾ। ਦੇਖ ਲਓ ਫੋਟੋਆਂ ਵੀ ਬਾਹੀਆਂ ਉਹਨਾਂ ਨੇ ਬਹੁਤ ਕੰਮ ਵਧੀਆ ਕੀਤਾ ਸਾਡੇ ਲਈ। ਹੁਣ ਜੇ ਸਾਨੂੰ ਫੇਰ ਵੀ ਨਾ ਸਮਝ ਲੱਗੇ ਫੇਰ ਤਾਂ ਅਸੀਂ ਬਾਹਲੇ ਨੂੰ ਲੈ ਕੇ ਹਾਂ, ਠੀਕ ਹੈ ਜੀ। ਹੁਣ ਇਹ ਤੁਹਾਨੂੰ ਸਮਝਣਾ ਚਾਹੀਦਾ ਹੈ। ਹੁਣ ਮੈਂ ਇਹਦੀ ਟਾਈਮਿੰਗ ਦੇਖਦਾ, ਜੇ ਟਾਈਮਿੰਗ ਜ਼ਿਆਦਾ ਹੋਈ ਹੋਊਗੀ ਲੈਸਨ ਦੀ ਤਾਂ ਮੈਂ ਨਾਲ ਇੱਕ ਹੋਰ ਚੈਪਟਰ ਪੇਜ ਜੋੜ ਕੇ ਤਾਂ ਵੀਡੀਓ ਥੋੜ੍ਹੀ ਜਿਹੀ ਲੰਮੀ ਕਰ ਲਵਾਂਗੇ, ਨਹੀਂ ਤਾਂ ਇੱਦਾਂ ਫਿਰ ਬਹੁਤ ਵੀਡੀਓਜ਼ ਬਣ ਜਾਂਦੀਆਂ, ਟਾਈਮ ਵੀ ਨਹੀਂ ਲੱਗਦਾ ਹੈਗਾ ਮੇਰਾ ਬਣਾਉਣ ਦਾ। ਅਤੇ ਐ ਕੋਈ ਕੁੰਨ ਉਨ ਅਮੀਕੋ, ਐ ਕੋਈ ਕੁੰਨ ਉਨ ਅਮੀਕੋ, ਲਾ ਸੂਆ ਫਮੀਲੀਆ ਉਹਦੀ ਫੈਮਿਲੀ ਐਨ ਉਕਰਾਈਨਾ, ਲਈ ਐਸਪੋਸਾਤਾ ਉਹ ਵਿਆਹੀ ਹੋਈ ਆ, ਉਹ ਆਪਣੀ ਸਹੇਲੀ ਕੋਲੋਂ ਸਾਰੇ ਸਵਾਲ ਪੁੱਛ ਕੇ, ਸਹੇਲੀ ਜਾਂ ਆਪਣੇ ਮਿੱਤਰ ਕੋਲੋਂ ਸਵਾਲ ਪੁੱਛ ਕੇ, ਜਾਂ ਤੁਸੀਂ ਬੰਦਾ ਜਾਂ ਕੁੜੀਆਂ ਮੁੰਡਾ ਜਾਂ ਕੁੜੀਆਂ ਉਹਦੇ ਸਵਾਲ ਪੁੱਛ ਕੇ ਇਹ ਤੁਸੀਂ ਸੈਂਟੈਂਸ ਬਣਾਓ ਅਤੇ ਆਪਣੀ ਪ੍ਰੈਕਟਿਸ ਕਰੋ ਘਰ ਦੇ ਵਿੱਚ। ਹੁਣ ਮੈਂ ਦੇਖਦਾ ਟਾਈਮਿੰਗ ਕਿੰਨੀ ਬਣ ਗਈ, ਫਿਰ ਇੱਕ ਹੋਰ ਪੇਜ ਜੋੜ ਕੇ
ਨਹੀਂ ਤਾਂ ਫਿਰ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਜੇ ਜ਼ਿਆਦਾ ਟਾਈਮਿੰਗ ਹੋ ਗਈ ਹੋਊਗੀ ਵੀਡੀਓ ਦੀ। ਓਕੇ ਜੀ, ਮਿਲਦੇ ਹਾਂ।